ਸਾਤਰੀਏ ਕਾਲ ਤੁਸੀਂ ਪੰਜਾਬੀਸਤਾਨ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਮਸਲਾ ਇਹ ਹੈ ਕਿ ਆਖਿਰਕਾਰ ਲਾਕਡਾਊਨ ਦੀ ਜ਼ਰੂਰਤ ਕਿਉਂ ਪਈ ਹੈ ਜਦੋਂ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਟੇਕ ਹੈ ਕਿ ਸਰਕਾਰਾਂ ਸਿਹਤ ਸਹੂਲਤਾਂ ਮਜ਼ਬੂਤ ਕਰਨ ਵਪਾਰੀ ਵੀ ਅੱਕੇ ਹੋਏ ਨੇ ਦੁਕਾਨਦਾਰ ਵੀ ਅੱਕੇ ਨੇ ਇੱਥੋਂ ਤੱਕ ਕਿ ਆਮ ਲੋਕ ਜਿਹੜੇ ਨੇ ਉਹ ਵੀ ਅੱਕੇ ਹੋਏ ਨੇ ਕਿ ਆਖਿਰਕਾਰ ਸਰਕਾਰ ਲਾਕਡਾਊਨ ਨੂੰ ਕਿਤੇ ਹਥਿਆਰਤਾ ਨਹੀਂ ਬਣਾ ਰਹੀ ਇਸ ਉੱਤੇ ਗੱਲਬਾਤ ਕਰਾਂਗੇ ਜੇ ਤੱਕ ਜਾਇਜ਼ ਹੈ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਸਤੰਟੀਵ ਤੇ ਸ਼ੁਕਰੀਆ ਜੀ ਬਹੁਤ ਵਾਤ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਉੱਠਦਾ ਕਿ ਲੋਕਡਾਊਨ ਦੀ ਲੋੜ ਕੀ ਹੈ ਕਿਉਂ ਇੱਕ ਵਾਰ ਫਿਰ ਤੋਂ ਲੋਕਡਾਊਨ ਲਾਇਆ ਜਾ ਰਿਹਾ ਹੈ ਪਹਿਲਾਂ ਵੀ ਲੋਕਡਾਊਨ ਲੱਗਿਆ ਤੇ ਹੁਣ ਕਹਿੰਦੇ ਮਿੰਨੀ ਲੋਕਡਾਊਨ ਦੇ ਨਾਂ ਤੇ ਲੋਕਾਂ ਦੇ ਵਿੱਚ ਆਕਾਰ ਮੱਚੀ ਹੋਈ ਹੈ ਕਿ ਲੋਕਡਾਊਨ ਦੀ ਲੋੜ ਕੀ ਹੈ ਤੁਸੀਂ ਕਿਉਂ ਆਪਣੇ ਸਿਹਤ ਸਹੂਲਤਾਂ ਦੇ ਪ੍ਰਬੰਧ ਮੁਕੰਮਲ ਨਹੀਂ ਕੀਤੇ ਦੇਖੋ ਸੁਖਿੰਦਰ ਜੀ ਪਹਿਨਾ ਅਸੀਂ ਲੋਕਡਾਊਨ ਕੀ ਹੁੰਦਾ ਹੈ ਕਿਉਂ ਰੋਡ ਪੈਂਦੀ ਆ ਜੋ ਤੁਸੀਂ ਸਵਾਲ ਹੈ ਤੁਹਾਡਾ ਮਹਾਮਾਰੀਆਂ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਲੋਕਡਾਊਨ ਹੈ ਚਾ ਤੁਸੀਂ ਪਹਿਲੇ ਸਟੈਪ ਚ ਦੋ ਇਹਦੇ ਚਾਰ ਸਟੈਪ ਨੇ ਪਹਿਲਾ ਸਟੈਪ ਹੈ ਤੁਸੀਂ ਬਿਮਾਰੀ ਦੀ ਬਿਲਕ ਰੱਖੋ ਬਿਲਕ ਰੱਖਣ ਤੁਸੀਂ ਫੇਲ ਹੋਗੇ ਤੁਹਾਡੇ ਅੰਦਰ ਵੜ ਗਏ ਜਿਹੜੇ ਬਿਮਾਰੀ ਦੇ ਜਰਮਾਂ ਵਾਲੇ ਬੰਦੇ ਆ ਗਏ ਤੇ ਤੁਹਾਨੂੰ ਪਤਾ ਨਹੀਂ ਕਿੱਥੇ ਕਿੱਥੇ ਨੇ ਤੁਸੀਂ ਕਹਿੰਦੇ ਉਹਨਾਂ ਨੂੰ ਉੱਥੇ ਹੀ ਜਾਮ ਕਰ ਦੋ ਇਹ ਹੈ ਲੋਕਡਾਊਨ ਹੋਨਰ ਲਾਕਡਾਊਨ ਦੀ ਪੂਰੀ ਦੁਨੀਆ ਦੇ ਵਿੱਚ ਜਿੰਨਾਂ ਜਿੰਨਾਂ ਨੇ ਵੀ ਲਾਇਆ ਉਹਦੀ ਡੈਫੀਨੇਸ਼ਨ ਹੀ ਵੱਖਰੀ ਹੈ ਅਮਰੀਕਾ ਨੇ ਲਾਕਡਾਊਨ ਲਾਇਆ ਉੱਥੇ ਡੋਮੈਸਟਿਕ ਫਲਾਈਟਾਂ ਵੀ ਚੱਲਦੀਆਂ ਸੀ ਕੇਸ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਸੀ ਹਾਲਾਂਕਿ ਮੌਤਾਂ ਵੀ ਜ਼ਿਆਦਾ ਹੋ ਰਹੀਆਂ ਸੀ ਡੋਮੈਸਟਿਕ ਫਲਾਈਟਾਂ ਵੀ ਚੱਲਦੀਆਂ ਸੀ ਰੇਲ ਰਣਾ ਵੀ ਚੱਲਦੀਆਂ ਸੀ ਬਸਾਂ ਵੀ ਚੱਲਦੀਆਂ ਸੀ ਟਰੱਕ ਵੀ ਚੱਲਦੇ ਸੀ ਟੈਕਸੀਆਂ ਵੀ ਚੱਲਦੀਆਂ ਸੀ ਨਿੱਜੀ ਗੱਡੀਆਂ ਵੀ ਚੱਲਦੀਆਂ ਸੀ ਮਾਲ ਵੀ ਖੁੱਡੇ ਸੀ ਹੋਟਲ ਵੀ ਖੁੱਡੇ ਸੀ ਪਾਰਕ ਵੀ ਖੁੱਡੇ ਸੀ ਸਿਰਫ ਇਹ ਸੀ ਵੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਮਾਗਮਾਂ ਤੇ ਪੰਜਾਬ ਤੋਂ ਵੱਧ ਬੰਦੇ ਨਹੀਂ ਇਕੱਠੇ ਕਰਨੇ ਉਹਨਾਂ ਨੇ ਆਪ ਹੀ ਬੰਦ ਹੀ ਕਰ ਲਈ ਤੇ ਲੋਕਾਂ ਨੇ ਜਾਣੇ ਘਟਾਤਾ ਸੀ ਤੇ ਦੂਜੇ ਵਿਆਹ ਸ਼ਾਦੀਆਂ ਜਿਵੇਂ ਆ ਵੀ ਸੋਸ਼ਲ ਇਕੱਠ ਘਟਾਨੇ ਨੇ ਸੋ ਇਹ ਜਿਹੜਾ ਸਾਡੇ ਲੋਕਡਾਊਨ ਆਪਾਂ ਨੂੰ ਪਤਾ ਹੀ ਵੀ ਸਾਡੇ ਲੋਕਡਾਊਨ ਦਾ ਮਤਲਬ ਹੈ ਸਭ ਕੁਝ ਬੰਦ ਚਾਹੇ ਉਤੋਂ ਕੋਈ ਉਹਨੂੰ ਕਰਫਿਊ ਕਹਦੇ ਕੋਈ ਡਾਕਡਾਊਨ ਕਹਦੇ ਕੋਈ ਮਿੰਨੀ ਲੋਕਡਾਊਨ ਕਹਦੇ ਇਹ ਨਵੇਂ ਨਵੇਂ ਡੱਫੇ ਘੜਦੇ ਨੇ ਅਸਲ ਜਗ ਗੱਲ ਇਹ ਉਹੀ ਕਰਦੇ ਨੇ ਕਿ ਲੋਕਾਂ ਦਾ ਕਾਫੀ ਤੰਗ ਕਰ ਦੋ ਲੋਕਡਾਊਨ ਅਸੀਂ ਕਰ ਲਿਆ ਇਸ ਵਾਸਤੇ ਵੀ ਸਾਨੂੰ ਪਤਾ ਨਹੀਂ ਕਿੱਥੇ ਤੇ ਆਗੇ ਉਹ ਜਿਹੜੇ ਮਰੀਜ਼ ਨੇ ਇਨਫੈਕਟਡ ਵਾਇਰਸ ਵਾਲੇ ਜਾਂ ਜਿਹੜੀ ਵੀ ਬਿਮਾਰੀ ਹੈ ਆਪਾਂ ਉਹਨੇ ਪੀਰੀਅਡ ਚ ਉਹਨਾਂ ਨੂੰ ਟ੍ਰੇਸ ਕਰਨਾ ਹੈ ਇਹਨਾਂ ਨੇ ਪਿਛਲੇ ਵਾਰੀ ਦੋ ਡੈਫੀਨੇਸ਼ਨਾਂ ਦਿੱਤੀਆਂ ਜਿਹੜੀਆਂ ਦੇ ਵਿੱਚ ਇੱਕ ਕੋਈ ਇੰਨੀ ਵਧੀਆ ਨਹੀਂ ਸੀ ਪਰ ਉਹ ਵੀ ਪੂਰੀ ਨਹੀਂ ਕਰੀ ਇਹਨਾਂ ਨੇ ਆਖਿਆ ਦੇਖੋ ਜੀ ਇੱਕ ਤਾਂ ਅਸੀਂ ਇਹ ਟੈਸਟ ਟ੍ਰੇਸ ਕਰਨਾ ਹੈ ਕਿਹਾ ਇਹਨਾਂ ਨੇ ਟ੍ਰੇਸਿੰਗ ਟੈਸਟਿੰਗ ਹੈ ਜੀ ਟ੍ਰੀਟਮੈਂਟ ਟ੍ਰੇਸਿੰਗ ਟੈਸਟਿੰਗ ਟ੍ਰੀਟਮੈਂਟ ਜੋ ਵੀ ਜਿਹੜਾ ਨੇ ਆਖਿਆ ਜੀ ਅਸੀਂ ਤਿਆਰੀ ਕਰਨੀ ਹੈ ਸਾਰੀਆਂ ਪਾਰਟੀਆਂ ਨੇ ਕਿਹਾ ਜਾਓ ਕਿ ਤੀਹ ਪਾਰਟੀਆਂ ਨੇ ਜਿੱਥੇ ਜਿੱਥੇ ਰਾਜ ਕਰਦੀਆਂ ਨੇ ਅਸੀਂ ਜੀ ਤਿਆਰੀ ਕਰਨੀ ਸੀ ਹੁਣ ਆਪਾਂ ਇਹ ਦੋਹਾਂ ਨੂੰ ਹੀ ਅੰਦਾਜ਼ਾ ਲਾਈਏ ਤਾਂ ਹੀ ਡਾਕਟਰਾਂ ਦੀ ਦੁਆਰਾ ਸਕੀਮ ਗਈ ਹੈ ਜਦੋਂ ਲੋਕਡਾਊਨ ਕਰਿਆ ਸਵਾਏ ਪੰਜਾਬ ਦੇ ਕਿਸੇ ਨੇ ਵੀ ਘਰ ਘਰ ਸਰਵੇਖਣ ਨਹੀਂ ਕਰ ਰਿਹਾ ਜਾ ਕੇ ਜੀ ਇੱਕ ਕੇਰਲਾ ਨੇ ਕਰਿਆ ਇੱਕ ਪੰਜਾਬ ਨੇ ਕਰਿਆ ਠੀਕ ਹੋ ਗਿਆ ਦੂਜਾ ਪੰਜਾਬ ਨੇ ਬਹੁਤ ਡੇਟ ਕਰਿਆ ਕਰਲਨ ਤਾਂ ਸ਼ੁਰੂ ਜੀ ਕਰਤਾ ਪੰਜਾਬ ਨੇ ਇੱਥੇ ਕੋਈ ਬਹਿਸਾਂ ਹੋਈਆਂ ਮੈਂ ਕਹਿੰਦਾ ਰਿਹਾ ਅਲਟੀਮੇਟਲੀ ਉਹ ਇਹ ਤਾਂ ਸਰਕਾਰ ਨਹੀਂ ਕਹੇਗੀ ਵੀ ਆਰਲਾਰ ਗਰਗਨੇ ਕਹੇ ਸੀ ਤਾਂ ਮੰਨਿਆ ਪਰ ਇਹਨਾਂ ਨੇ ਕਰਿਆ ਅਸਰ ਵੇਖਣ ਥੋੜਾ ਗਲਿਆ ਬਹੁਤਾ ਕਰਿਆ ਜੋਗਿਆ ਪੰਜਾਬ ਸਰਕਾਰ ਨੇ ਕਾਫੀ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹੀ ਕਾਰਨ ਸੀ ਕਿ ਪਹਿਲੇ ਫੇਜ਼ ਦੇ ਵਿੱਚ ਪੰਜਾਬ ਜਿਆਦਾ ਸਫਲ ਰਿਹਾ ਕੇਰਲਾ ਵੀ ਸਫਲ ਰਿਹਾ ਇਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਨੇ ਉਦੋਂ ਜਿੰਨਾ ਚਿਰ ਚੇਹੀ ਮਾਰਚ ਨਹੀਂ ਆਈ ਸੀ ਉਹਨਾਂ ਚਿਰ ਇਹਨਾਂ ਕੋਲੇ ਸਟੇਟਾਂ ਕੋਲੇ ਅਪਡੇਟ ਕੋਲ ਪਾਵਰ ਸੀ ਇਹ ਅਪਦਾ ਕੰਟਰੋਲ ਕਰਦੇ ਰਹੇ ਕੇਰਲਾ ਵੀ ਕਰ ਗਿਆ ਇਹਨਾਂ ਨੇ ਆਪਣੇ ਪੰਜਾਬ ਵਾਲ ਨੇ ਹਵਾਈ ਅੱਡੇ ਦੋਨੇ ਅਮਰਸਰ ਤੇ ਇਹ ਇਹ ਮਾ ਡਿਆਲਾ ਦੇਖਣਾ ਸ਼ੁਰੂ ਕਰਤਾ ਸੀ ਫਰਵਰੀ ਚ 23 ਮਾਰਚ ਤੋਂ ਬਾਅਦ ਸਾਰੀਆਂ ਪਾਵਰਾਂ ਕੇਂਦਰ ਨੇ ਲੈ ਲਈਆਂ ਡਿਜਾਸਟਰ ਮੈਨੇਜਮੈਂਟ ਐਕਟ ਦੇ ਅੰਡਰ ਜਿਹਨੂੰ ਆਪ ਦਾ ਪ੍ਰਬੰਧਨ ਕਾਨੂੰਨ ਕਹਿੰਦੇ ਨੇ ਹਾਲਾਂਕਿ ਥੱਲੇ ਤੱਕ ਐਸਡੀਐਮ ਤੱਕ ਉਹਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਪੂਰੇ ਮੁਲਕ 'ਚ ਉਹ ਕਿੱਥੇ ਨਹੀਂ ਨਜ਼ਰ ਆ ਰਹੀਆਂ ਕਿ ਉਹ ਕੀ ਆਪਤਾ ਦਾ ਪ੍ਰਬੰਧ ਕਰਨੇ ਫਿਰ ਨੂੰ ਲਾਇਆ ਕਿਉਂ ਹੈ ਜੋ ਕਮੇਟੀਆਂ ਐਕਟਿਵ ਹੀ ਨਹੀਂ ਹੈਗੀਆਂ ਤੇ ਦੂਜਾ ਇਹ ਮਹਾਮਾਰੀ ਕਾਨੂੰਨ ਹੈ ਐਪੀਡੈਮਿਕ ਡਿਜ਼ੀਜ਼ ਐਕਟ ਉਹਦੇ ਅੰਦਰ ਸਾਰੀਆਂ ਪਾਵਰਾਂ ਕੇਂਦਰ ਨੇ ਲੈ ਲਈਆਂ ਕੇਂਦਰ ਹਰ ਗੱਲ ਦਾ ਡਿਸਾਈਡ ਕਰਨ ਲੱਗਿਆ ਤੇ ਕੇਂਦਰ ਉਹਦੇ ਵਿੱਚ ਬੁਰੀ ਤਰ੍ਹਾਂ ਹੋਇਆ ਫਿਰ ਲੋਕਡਾਊਨ ਨੂੰ ਹੱਲ ਮੰਨ ਕੇ ਪ੍ਰਚਾਰ ਕਰਤਾ ਜਿੜ ਕੇ ਲੋਕਡਾਊਨ ਕੋਈ ਹੱਲ ਨਹੀਂ ਹੈ ਲੋਕਡਾਊਨ ਦੇ ਦੌਰਾਨ ਤੁਸੀਂ شناخت ਕਰਨੀ ਸੀ ਕਿਹੜਾ ਬੰਦਾ ਸ਼ੱਕੀ ਹੈ ਵੀ ਇਹਨੂੰ ਕਰੋਨਾ ਹੋ ਸਕਦਾ ਕਦੀ ਨਾ ਕਦੀ ਕਿਸਦੇ ਨੇੜੇ ਹੁੰਦੀ ਲੰਘਾ ਹੋਵੇ ਦੂਜਾ ਕਿਹੜਾ ਬੰਦਾ ਜਿਹਨੂੰ ਸਿੰਪਟਮ ਨੇ ਜਾਂ ਤਾਂ ਰਛਨ ਨੇ ਕਰੋਨਾ ਦੇ ਜਾਂ ਫਿਰ ਉਹਦਾ ਟੈਸਟ ਪੋਜ਼ਿਟਿਵ ਹੈ ਜਿਨ੍ਹਾਂ ਨੂੰ ਸ਼ੱਕੀ ਨੇ ਉਹਨਾਂ ਨੂੰ ਕਵਾਰੰਟਾਈਨ ਕਰਨਾ ਸੀ ਜਿਨਨੇ ਹੈਗੇ ਨੇ ਆਪਣੇ ਕਰੋਨਾ ਦੇ ਮਰੀਜ਼ ਜਿਹੜੇ ਰਛਣ ਨੇ ਚਾਹੇ ਟੈਸਟ ਪੋਜ਼ਿਟਿਵ ਹੋਇਆ ਉਹਨਾਂ ਦੀ ਇੱਕ ਧਾਈ ਸੋਲੂਸ਼ਨ ਕਰਨੀ ਸੀ ਦੂਜਾ ਗਰੁੱਪ ਬਣਾਉਣੀ ਸੀ ਗਰੁੱਪ ਬਣਾ ਕੇ ਉਹਨਾਂ ਦਾ ਜਿਹੜੇ ਬੰਦਿਆਂ ਦਾ ਆਪੇ ਠੀਕ ਹੋਣ ਵਾਲਾ ਹੈ ਮਾਈਲਡ ਟੂ ਮੋਡਰੇਟ ਕਰਨੇ ਆ ਦਰਮਿਆਨੇ ਦਰਜੀ ਦਾ ਮੌਢੀ ਤੋਂ ਦਰਮਿਆਨੇ ਦਰਜੀ ਦੇ ਜਿਨ੍ਹਾਂ ਨੂੰ ਕਰੋਨਾ ਹੈ ਉਹਨਾਂ ਨੇ ਘਰਾਂ ਚ ਹੀ ਠੀਕ ਹੋ ਜਾਣਾ ਸੀ ਇਹਨਾਂ ਨੇ ਪਹਿਲੇ ਸਟੈਪ ਚ ਭਾਰ ਸਰਕਾਰ ਨੇ ਸਭ ਤੋਂ ਵੱਡੀ ਕਹਿਰ ਕਾਫਰੀ ਕਰਤੀ ਕਿ ਜੇ ਕੁਆਰੰਟਾਈਨ ਵੀ ਅਸੀਂ ਸਕੂਲਾਂ ਕਾ ਉਹਨਾਂ ਚ ਇੰਸਟੀਚੂਨਲ ਚ ਕਰਾਵਾਂਗੇ ਹੋਟਲਾਂ ਚ ਕਰਾਵਾਂਗੇ ਅਸੀਂ ਉਥੋਂ ਆਈ ਅਮਰੀਕਾ ਤੋਂ ਸੰਨ ਇੱਥੇ ਹੋਟਲ ਚਵਾੜੀ ਰੱਖਿਆ ਪਟਿਆਲੇ ਤੇ ਪੈਂਟ 3 ਰੁਪਏ ਕਿ ਕਿੰਨੇ ਰਿਪਏ ਬੋਤਲ ਆਈ 8000 ਰੁਪਏ ਪਾਣੀ ਪਾਣੀ ਦਾ ਲਾੜੇ ਜਿਹੜੀ ਬੋਤਲ ਦੇ ਉੱਤੇ 20 ਰੁਪਏ ਲਿਖਿਆ ਹੋਇਆ ਸੋ ਇਹਦਾ ਮਤਲਬ ਇਹ ਡੁੱਟਦਾ ਸਾਧਨ ਸੀ ਨਾ ਕਿਸੇ ਨਾ ਕਿਸ ਦਾ ਨਹੀਂ ਤਾਂ ਸਰਕਾਰ ਨੇ ਤੁਹਾਨੂੰ ਉਹ ਹੋਟਲ ਦੇਆ ਹੋਇਆ ਹੈ ਸਰਕਾਰ ਨੇ ਰੇਟ ਤੈਅ ਕਰੇ ਹੋਏ ਨੇ ਉਹਨੇ ਰੇਟ ਤੁਸੀਂ ਦੇਣੇ ਨੇ ਉੱਤੇ ਪਾਣੀ ਦੀ ਬੋਤਲ ਇਹਦਾ ਸਰਕਾਰ ਨੇ 3 ਰੁਪਏ ਦਿੱਤਾ ਹੈ ਕਰਾਈ ਹੋ ਗਈ ਨਾ ਨਹੀਂ ਤਾਂ ਫਿਰ ਕਿਉਂ ਵੇਚਣਗੇ ਉੱਤੇ ਰੇਟ ਲਵਾਏ ਦੀ ਸੋ ਇਸ ਕਰਕੇ ਇੰਨਾ ਨੇ ਕੀ ਕਰਿਆ ਇੰਸਟੀਚੂਨਲ ਕੁਆਰੰਟਾਈਨ ਆਪਾਂ ਨੂੰ ਪਤਾ ਇੱਥੇ ਰੌਲਾ ਪੈਂਦਾ ਰਿਹਾ ਹੈ ਬਿਆਸ ਦੇ ਵਿੱਚ ਜਿਹੜੇ ਆਪਣੇ ਹਜੂਰ ਸਾਹਿਬ ਤੋਂ ਆਏ ਸੀ ਹੋਰ ਸੀ ਉਹਨਾਂ ਨੂੰ ਕਹਦੇ ਕਿ ਤੇ ਰੱਖਤਾ ਕਦੇ ਕਿਤੇ ਰੱਖਤਾ ਸ਼੍ਰੋਮਣੀ ਕਮੇਟੀ ਨੇ ਕਹਿੰਦਾ ਅਸੀਂ ਨਹੀਂ ਰੱਖਨੇ ਇਹੋ ਜਿਹਾ ਬਹੁਤ ਕੁਝ ਹੋਇਆ ਜਦ ਕਿ ਉਹਨਾਂ ਲੋਕਾਂ ਨੂੰ ਘਰੀ ਰੱਖਣਾ ਸੀਗਾ ਘਰੇ ਬੰਦਾ ਸੌਖਾ ਰਹਿ ਜਾਂਦਾ ਇਹ ਨਾਲੇ ਲੋਕਾਂ ਚ ਆਪਸ ਵਿੱਚ ਐਡਾ ਡਰ ਨਹੀਂ ਪੈਦਾ ਹੋਣਾ ਸੀ ਵੀ ਹਾਏ ਮਾਰੇ ਗਏ ਉਹ ਜਿਹੜਾ ਐਡਾ ਵੱਡਾ ਭੈ ਪੈਦਾ ਕਰਤਾ ਕਿ ਲੋਕ ਆਪਦੇ ਮਰਦਿਆਂ ਨੂੰ ਆਪਦੇ ਜਿਉਂਦੇ ਮਰੀਜ਼ਾਂ ਨੂੰ ਆਪਦੇ ਗਵਾਂਡਿਆਂ ਨੂੰ ਆਪਦੇ ਭੈਣ ਭਾਈ ਨੂੰ ਅੰਦਰ ਬੰਨੋ ਰੋਕਣ ਲੱਗੇ ਵੀ ਦੇਖ ਬਿਲਕੁਲ ਹਟਾ ਪਰ ਪਹਿਲੇ ਫੇਜ਼ ਚ ਲੋਕਾਂ ਨੇ ਪੂਰਾ ਕੋਆਪਰੇਟ ਕਰਿਆ ਕਿਉਂਕਿ ਡਰਾ ਬਹੁਤ ਦਿੱਤਾ ਸੀ ਬਿਲਕੁਲ ਬਿਲਕੁਲ ਕੋਆਪਰੇਟ ਨਹੀਂ ਸੀ ਉਹ ਡਰ ਚੋਂ ਕੋਆਪਰੇਸ਼ਨ ਸੀ ਇਹ ਵੀ ਮੈਂ ਦੱਸ ਦਿੰਦਾ ਇਹ ਆਪਾਂ ਇਹ ਪਿਖਾ ਨਾ ਰੱਖੀਏ ਵੀ ਲੋਕਾਂ ਨੇ ਇਹੀ ਕੋਆਪਰੇਟ ਕਰਿਆ ਸੀ ਪਰ ਉਹ ਇੰਨਾ ਲੰਬਾ ਖਿੱਚਤਾ ਕਿ ਦੇਸ਼ ਦੀ ਇਕਨੋਮੀ ਦਾ ਤਬਾਹ ਕਰਤੀ ਵਪਾਰ ਤਬਾਹ ਹੋ ਗਿਆ ਲੋਕਾਂ ਅਰਥਚਾਰਾ ਥੱਲੇ ਚਲਾ ਗਿਆ ਇਹਦੇ ਉਲਟ ਇਸੇ ਡਾਕડાઉન ਦੇ ਨਾਲ-ਨਾਲ ਇਸੇ ਕਰੋਨਾ ਦੇ ਦੌਰਾਨ ਡਾਕડાઉન ਦੇ ਦੌਰਾਨ ਵੀ Amazon ਦੀ ਸੇਲ ਵਧੀ ਅੰਬਾਨੀਆ ਦਾਨੀਆਂ ਦੀ ਜਾਇਦਾਦ ਜਿਹੜੀ ਉਹਨਾਂ ਦੀ ਕਮਾਈ ਹੈ ਜਿਹੜੀ ਉਹ ਡੇਢ ਗੁਣਾ ਹੋ ਗਈ ਸੋ ਇਹਦਾ ਮਤਲਬ ਇਹ ਆਇਆ ਵੀ ਜਿਹੜਾ ਲੋਕਡਾਊਨ ਤੇ ਕਰੋਨਾ ਦਾ ਜਿਹੜਾ ਸਭ ਕੁਝ ਚੱਲ ਰਿਹਾ ਹੈ ਇਹਦੇ ਵਿੱਚ ਇੱਕ ਤੈਨੂੰ ਫਾਇਦਾ ਹੋ ਰਿਹਾ ਦੂਜੀ ਤੈਨੂੰ ਨੁਕਸਾਨ ਹੋ ਰਿਹਾ ਬਿਲਕੁਲ ਕਿਹਦੇ ਨੂੰ ਕਰੋਨਾ ਨੂੰ ਲੰਮਾ ਖਿੱਚਣਗੇ ਡਾਕਟਰਾਂ ਨੂੰ ਲੰਮਾ ਖਿੱਚਣਗੇ ਇਹ ਇੱਕ ਬਾਤ ਹੈ ਉਹਦੇ ਵਿੱਚ ਤਿਆਰੀ ਕਰੀ ਹੋਈ ਨਹੀਂ ਨਾ ਕਿਤੇ ਆਕਸੀਜਨ ਦਾ ਪ੍ਰਬੰਧ ਕਰਿਆ ਆਕਸੀਜਨ ਦੇ ਪ੍ਰਾਂਤ ਇਹਨਾਂ ਦੇ ਰਿਕਾਰਡ 'ਚ ਲਿਖਿਆ ਹੋਇਆ ਅਪ੍ਰੈਲ ਦੀਆਂ ਮੀਟਿੰਗਾਂ 'ਚ ਕਿਹਾ ਹੈ ਵੀ ਆਕਸੀਜਨ ਦੇ ਆਪਾਂ ਪ੍ਰਾਂਤ ਲਾਉਣੇ ਨੇ ਪ੍ਰਬੰਧ ਕਰਨਾ ਹੈ ਫਿਰ ਦਸੰਬਰ ਚ ਕਿ ਸਤੰਬਰ ਚ ਸਤੰਬਰ ਚ ਪਰ ਨਹੀਂ ਚਾਰ ਕਰੇ ਨਾ ਤਾਂ ਟੈਕਨੀਕਲ ਐਕਸਪਰਟ ਦੀ رائے ਦਈ ਜੇ ਲਈ ਤਾਂ ਮੰਨੀ ਨਹੀਂ ਕਿ ਇੱਕ ਵਨ ਮੈਨ ਸ਼ੋ ਬਣਾਦਾ ਵੀ ਮੈਂ ਤਾਂ ਜੀ 21 ਦਿਨਾਂ ਚ ਜੰਗ ਜਿੱਤ ਲੈਣੀ ਹੈ ਹੀਰੋ ਬਣ ਕੇ ਜਦ ਕੋਈ ਬੰਦਾ ਪੇਸ਼ ਆਉਂਦਾ ਨਾ ਕਦੇ ਕੱਲਾ ਕੈਪਟਨ ਜੰਗ ਨਹੀਂ ਜਿੱਤ ਸਕਦਾ ਜਿੱਡਾ ਮਰਜੀ ਹੋ ਸਿਆ ਨਾ ਹੋਵੇ ਬਿਲਕੁਲ ਬਿਲਕੁਲ ਉਸ ਟੀਮ ਨੂੰ ਨਾਲ ਲੈਣਾ ਪੈਂਦਾ ਜਨਤਰਦਰਸ਼ਕਾਂ ਦਾ ਵੀ ਭੂਮਿਕਾ ਹੁੰਦੀ ਹੈ ਇਹਨਾਂ ਨੇ ਦਰਸ਼ਕਾਂ ਦੀ ਭੂਮਿਕਾ ਤਾਂ ਜਮਾਈ ਘਟਾਤੀ ਪਰ ਟੀਮ ਦੀ ਵੀ ਘਟਾਤੀ ਤੋ ਬੰਦੇ ਅਮਿਤ ਸ਼ਾਤੇ ਮੋਦੀ ਜੀ ਵੈਸੇ ਕਰਦੇ ਸੀ ਜਿਹੜਾ ਬੋਲਦਾ ਸੀ ਉਹ ਚੂ ਕਰਦੇ ਸੀ ਉਹਨੂੰ ਦਬਕਾ ਮਾਰਦੇ ਸੀ ਕਰ ਵਾਲਿਆਂ ਨੇ ਆਖਿਆ ਸੀ ਲਾਕਡਾਊਨ ਖੋਲਣਾ ਹੈ ਜੇ ਆ ਦੇਨਾਂ ਨੇ ਨੈਸ਼ਨਲ ਲੈਵਲ ਦਾ ਲਾਇਆ ਹੋਇਆ ਸੀ ਨਾ ਉਹਨੂੰ ਦਬਕਾ ਮਾਰਿਆ ਇਹ ਅਮਿਤ ਸ਼ਾਜੀ ਨੇ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਖੋਲ ਕੇ ਦਿਖਾਓ ਫਿਰ ਠੀਕ ਹੈ ਨਾ ਇੱਥੇ ਆਹ ਕੈਪਟਨ ਅਮਰਿੰਦਰ ਸਿੰਘ ਜਾ ਕੇ ਕੇਂਦਰ 'ਚ ਹੜੇ ਕੱਢ ਰਹੇ ਸੀ ਪ੍ਰਧਾਨ ਮੰਤਰੀ ਦੇ ਕਿ ਸਾਨੂੰ ਆ ਬਨੂਰ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਕੋਰੋਨਾ ਫੈਲਿਆ ਉਹਨੂੰ ਹੌਟ ਏਰੀਆ ਕਹਿੰਦੇ ਸੀ ਵੀ ਇਹ ਸਾਨੂੰ ਫੈਸਲਾ ਕਰ ਲੈਣ ਦੋ ਤੁਹਾਡੇ ਕੰਪਿਊਟਰ ਗਲਤ ਫੈਸਲਾ ਤੋਂ ਨੂੰ ਨਹੀਂ ਪਤਾ ਵੀ ਕਿੱਥੇ ਆ ਜਾਣਾ ਅਸੀਂ ਤਾਂ ਉੱਤੇ ਧਰਾਤਲ ਤੇ ਬੈਠਾ ਕਹਿੰਦੇ ਨਹੀਂ ਹੁਣ ਜੇ ਇਹ ਫੈਸਲਾ ਕਰਨ ਵਾਸਤੇ ਵੀ ਕਿੱਥੇ ਕਰੋਨਾ ਜਾਦੇ ਆ ਆ ਇੱਕ ਪਿੰਡ ਚ ਆ ਇੱਕ ਮਹੱਲੇ ਚ ਇੱਕ ਪੱਤੀ ਚ ਉਹ ਦਿੱਲੀ ਫੈਸਲਾ ਕਰੇਗੀ ਫਿਰ ਤੁਸੀਂ ਦੱਸੋ ਵੀ ਕਿਵੇਂ ਕੰਟਰੋਲ ਹੋਏਗਾ ਬਿਲਕੁਲ ਇਹਨਾਂ ਨੇ ਨਾ ਤਾਂ ਉਹਨੂੰ ਕੰਟਰੋਲ ਕਰਿਆ ਸਾਇੰਟਿਫਿਕਲੀ ਨਾ ਇਹਨਾਂ ਨੇ ਤਿਆਰੀ ਕਰੀ ਕੋਈ ਸਾਡੇ ਹਾਲਾਂਕਿ ਸਿਹਤ ਸੇਵਾਵਾਂ ਦੇ ਢਾਂਚਾ ਕੋਈ ਨਹੀਂ ਇਹਨਾਂ ਨੇ ਤਾਂ ਬਲਕਿ ਉਲਟਾ ਕਰਿਆ ਕਿਉਂਕਿ ਇਹਨਾਂ ਨੇ ਇਹ ਦੱਸਣਾ ਵੀ ਸਾਡਾ ਤਾਂ ਢਾਂਚਾ ਬਹੁਤ ਖਰਾਬ ਹੈ ਤਾਂ ਕਿ ਲੋਕ ਪ੍ਰਾਈਵੇਟ ਵੱਲ ਨੋ ਜਾਣ ਕਾਰਪੋਰੇਟ ਹਸਤਾਲਾ ਵੱਲ ਨੋ ਜਾਣ ਲੋਕ ਤਾਂ ਇਹ ਹੀ ਐਵੀਗੇਸ਼ਨ ਆਉਂਦੇ ਨੇ ਵੀ ਜਿਹੜਾ ਅਮਿਤ ਬਾ ਮਤਾਬ ਬਚ ਨੂੰ ਕਰੋਨਾ ਹੋਇਆ ਉਹਨੇ ਹਸਪਤਾਲ ਨੂੰ ਚਲਾਉਣਾ ਸੀ ਦਿਖਾ ਕੇ ਸੋ ਇਸ ਕਰਕੇ ਨਾ ਤੁਸੀਂ ਆਪਦੇ ਹਸਪਤਾਲ ਠੀਕ ਕਰੇ ਤੇ ਨਾ ਤੁਸੀਂ ਜਿਹੜਾ ਸੀ ਉਹਦਾ ਸਾਇੰਟਿਫਿਕਲ ਆਜ ਕਰਿਆ ਦੋਨੇ ਗੱਲਾਂ ਨਹੀਂ ਕਰੀਆਂ ਕਰਿਆ ਕੀ ਥਾਲੀਆਂ ਖੜਕਾ ਲਓ ਤਾਲੀਆਂ ਮਜਾ ਲਓ ਮੋਮਬਤੀਆਂ ਜਲਾ ਲਓ 9 ਵਜੇ 9 ਮਿੰਟ ਵਾਸਤੇ ਲਾਈਟ ਬੰਦ ਕਰ ਦੋ ਇਹ ਸਾਰੇ ਬਹਿਮ ਪ੍ਰਸਤੀ ਆ ਇਸ ਤੋਂ ਅੱਗੇ ਕੁਝ ਨਹੀਂ ਆਇਆ ਤੁਸੀਂ ਲੋਕਾਂ ਨੂੰ ਵਹਿਮ ਭਰਮ ਪਾ ਕੇ ਕਰੋਨਾ ਦਿੱਤਾ ਕੀ ਤਰ੍ਹਾਂ ਸਮਝ ਆ ਗਈ ਹੈ ਲੋਕੇ ਹੁਣ ਮਹਿਸੂਸ ਕਿ ਹੁਣ ਲੋਕ ਪੁੱਛਦੇ ਨੇ ਕਿ ਹੁਣ ਕਿਉਂ ਨਹੀਂ ਥਾਲੀਆਂ ਵੱਜਦੀਆਂ ਹੁਣ ਕਿਉਂ ਨਹੀਂ ਤਾੜੀਆਂ ਵੱਜਦੀਆਂ ਹੁਣ ਕਿਉਂ ਨਹੀਂ ਤੁਸੀਂ ਕਹਿੰਦੇ ਕਿ ਗੋ ਕਰੋਨਾ ਗੋ ਕਰੋਨਾ ਹੁਣ ਕਰੋਨਾ ਜਿਹੜਾ ਉਹ ਤੁਸੀਂ ਲੋਕਾਂ ਦੇ ਵਿੱਚ ਜਿਹੋ ਜਿਹਾ ਹਊਗਾ ਕ੍ਰੀਏਟ ਕੀਤਾ ਅੱਜ ਲੋਕ ਹਸਪਤਾਲਾਂ ਦੇ ਵਿੱਚ ਵੀ ਕਹਿੰਦੇ ਨੇ ਕਿ ਤੁਸੀਂ ਜੇ ਸਾਡੇ ਮਰੀਜ਼ ਨੂੰ ਭਰਤੀ ਕੀਤਾ ਨਾਲ ਸਾਨੂੰ ਬਿਠਾਓ ਅਸੀਂ ਵੀ ਦੇਖੀਏ ਬਹਿ ਕੇ ਕਿਵੇਂ ਲਾਲ ਤੁਸੀਂ ਕਰ ਰਹੇ ਹੋ ਕੋਈ ਗੱਲ ਨਹੀਂ ਜੇ ਅਸੀਂ ਮਰ ਜਾਗੇ ਪਰ ਇਹ ਤਾਂ ਹੋਏਗਾ ਨਾ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਦੇਖਾਂਗੇ ਕਿ ਮਰੀਜ਼ ਦਾ ਇਲਾਜ ਕਿੱਦਾਂ ਹੋ ਰਿਹਾ ਤੁਸੀਂ ਹਸਪਤਾਲ ਚ ਪਹੁੰਚ ਜਾ ਰਹੇ ਹੋ ਮਰੀਜ਼ ਦੀ ਮੌਤ ਹੋ ਰਹੀ ਹੈ ਲੋਕ ਆ ਕੇ ਬਾਹਰ ਮਚਾਰੇ ਨੇ ਕਿ ਅੰਦਰ ਕੀ ਚੱਲਦਾ ਦੱਸੋ ਸਾਨੂੰ ਦੇਖੋ ਗੱਲ ਇਹ ਹੈ ਕੁਝ ਚੀਜ਼ਾਂ ਦੀ ਤਾਂ ਪ੍ਰੀਵੈਂਸ਼ਨ ਜ਼ਰੂਰੀ ਹੁੰਦੀ ਹੈ ਮੈਂ ਇਸ ਗੱਲ ਦੇ ਉੱਤੇ ਤਾਂ ਲੋਕਾਂ ਦਾ ਜਿਹੜੇ ਬੇਵਿਸ਼ਵਾਸੀ ਉਹ ਜਾਇਜ਼ ਹੈ ਜੇ ਤੁਸੀਂ ਮਰੀਜ਼ ਨਾਲ ਗੱਲ ਹੀ ਨਹੀਂ ਕਰ ਸਕਦੇ ਮਰੀਜ਼ ਨੂੰ ਤੁਸੀਂ ਗੱਲ ਕਰਾਓ ਤੁਸੀਂ ਵੀਡੀਓ ਤੇ ਦਿਖਾਓ ਵੀ ਆਹ ਪਿਆ ਰਿਹਾ ਛੋਟਾ ਮਰੀਜ਼ ਆਸੀਂ ਇਲਾਜ ਕਰ ਰਹੇ ਹਾਂ ਉਹਦੀ ਗੱਲ ਕਰਾਈ ਜੋ بار بار ਤਾਂ ਕੋਈ ਅੱਖਾਂ ਨਹੀਂ ਅੰਦਰ ਜਾਣਗੇ ਤਾਂ ਨੁਕਸਾਨ ਹੁੰਦਾ ਚਾਹੇ ਮਰੀਜ਼ ਕਹੇ ਜੇ ਕੋਈ ਕਹੇ ਵੀ ਮੈਂ ਆਪਦੀ ਮਰਜ਼ੀ ਨਾਲ ਜ਼ਹਿਰ ਖਾਣੀ ਆ ਜੀ ਸਾਡਾ ਕਾਨੂੰਨ ਐਦਾਂ ਜ਼ਹਿਰ ਖਾਣਾ ਹਰੋ ਨਹੀਂ ਕਰਦਾ ਸੋ ਉਹ ਤਾਂ ਨਹੀਂ ਮੈਂ ਐਗਰੀ ਕਰਦਾ ਵੀ ਉਹ ਇਹ ਕਹਿਣ ਪਰ ਉਹਨਾਂ ਨੂੰ ਸੂਚਨਾ ਮਿਲਣੀ ਚਾਹੀਦੀ ਹੈ ਔਰ ਇੱਕ ਵਾਰ ਹੀ ਨਹੀਂ ਦਿਨ ਚ ਬਾਰ-ਬਾਰ ਮਿਲਣੀ ਚਾਹੀਦੀ ਹੈ ਸਾਡਾ ਸਿਸਟਮ ਤਾਂ ਮਰੀਜ਼ ਮਰੀਜ਼ ਨੂੰ ਨਹੀਂ ਸੂਚਨਾ ਦਿੰਦਾ ਉਹ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਕਾਦੀ ਦੇਣੀ ਹੈ ਮੇਰੇ ਆਪਣੇ ਨਾਲ ਵਾਪਰੀ ਹੋਈ ਪੀਜੀਏ ਦੇ ਵਿੱਚ ਕਿ ਮੈਨੂੰ ਨਹੀਂ ਦੱਸਦੇ ਸੀ ਮੈਂ ਡਾਕਟਰ ਹਾਂ ਤੇ ਮੈਨੂੰ ਨਹੀਂ ਦੱਸਦੇ ਵੀ ਤੁਹਾਡਾ ਜਿਹੜਾ ਸਵੇਰੇ ਟੈਸਟ ਕਰਿਆ ਸੀ ਜਾਂ ਦੋ ਦਿਨ ਪਹਿਲਾਂ ਟੈਸਟ ਕਰੀ ਦੀ ਰਿਪੋਰਟ ਵੀ ਆ ਗਈ ਕਿ ਨਹੀਂ ਇਹ ਨਹੀਂ ਵੀ ਰਿਪੋਰਟ ਕੀ ਹੈ ਇਹ ਹੀ ਨਹੀਂ ਦੱਸਦੇ ਸੀ ਰਿਪੋਰਟ ਆ ਗਈ ਕਿ ਨਹੀਂ ਆ ਗਈ ਹੋਰ ਦੱਸੋ ਤੁਸੀਂ ਕੀ ਦੱਸੋਗੇ ਸੂਚਨਾ ਦਾ ਹਾਲ ਉੱਥੇ ਹੈ ਜਿਵੇਂ ਅਸੀਂ ਚੂਹੇ ਫਿਰਦੇ ਸੀ ਸੈਨੀਟਾਈਜ਼ਰ ਹੈ ਨਹੀਂ ਸੀ ਰੋਜ ਇਹ ਬਹਾਨਾ ਲਾਉਂਦੇ ਸੈਨੀਟਾਈਜ਼ਰ ਉਹ ਉੱਥੇ ਨਾ ਸੈਨੀਟਾਈਜ਼ਰ ਨਾ ਸੋਪ ਸੋ ਇਸ ਕਰਕੇ ਇਹਨਾਂ ਨੇ ਤਿਆਰੀ ਕੋਈ ਨਹੀਂ ਕੀਤੀ ਕਿਉਂਕਿ ਲੋਕਾਂ ਨੂੰ ਕੌਮ ਕਰਨਾ ਚਾਹੁੰਦੇ ਸੀ ਹੁਣ ਵੀ ਮੈਂ ਦੂਜੇ ਡਾਕ ਡਾਊਨ ਤੇ ਆਉਣਾ ਇਹ ਭੀਟ ਤੰਤਰ ਬਣਾਉਣਾ ਚਾਹੁੰਦੇ ਸੀ ਇਹ ਗੈਰ ਵਿਗਿਆਨਕ ਬਣਾਉਣਾ ਚਾਹੁੰਦੇ ਸੀ ਕਿ ਲੋਕ ਪਾਗਲ ਬਣ ਕੇ ਸਾਡੇ ਪਿੱਛੇ ਲੱਗੇ ਰਹਿਣ ਇਹ ਟੈਸਟ ਕਰ ਰਹੇ ਸੀ ਵੀ ਜੇ ਅਸੀਂ ਹਵਾ ਫਲਾ ਦਈਏ ਜੇ ਅਸੀਂ ਹੁਕਮ ਨਾਲ ਕਰ ਦਈਏ ਕਾਨੂੰਨ ਨਾਲ ਤਾਂ ਫਿਰ ਲੋਕ ਕਿਵੇਂ ਜਿਹੜੀ ਪ੍ਰਤੀਕਿਰਿਆ ਕੀ ਕਰਦੇ ਨੇ ਉਹ ਪ੍ਰਤੀਕਿਰਿਆ ਇਹਨਾਂ ਦੇਖ ਲਈ ਵੀ ਲੋਕ ਤਾਂ ਪਾਗਲ ਹੋ ਕੇ ਇਹਨਾਂ ਦੇ ਪਿੱਛੇ ਲੱਗਣ ਲੱਗੇ ਲੋਕ ਤਾਂ ਘਰਜਾਂ ਨੂੰ ਇੱਕ ਦੂਜੇ ਨੂੰ ਘਿਰਨਾ ਕਰਨ ਲੱਗੇ ਇਹ ਸਫਲ ਹੋ ਗਏ ਉਸ ਤੇ ਫਿਰ ਇਹਨਾਂ ਨੇ ਐਲਾਨ ਕਰਤਾ ਕਿ ਹੁਣ ਤਾਂ ਕੋਰੋਨਾ ਠੀਕ ਹੋ ਗਿਆ ਜਿੱਦ ਨੇ ਲਾਕਡਾਊਨ ਖੁੱਲਿਆ ਉਹਦੇ 1 ਲੱਖ ਕੇਸ ਆ ਰਿਆ ਸੀ ਜਿੱਦ ਦਿਨ ਆਇਆ ਉਹਦੇ 499 ਕੇਸ ਸੀਗੇ ਸ ਤੋ ਇਹ ਦਾ ਮਤਲਬ ਸਾਡੀ ਕੋਈ ਨਾ ਧਰਾਤਲ ਦੇ ਅਨਸਾਰ ਨਾ ਡੋੜਾਂ ਦੇ ਅਨਸਾਰ ਨਾ ਬਿਮਾਰੀ ਦੇ ਅਨਸਾਰ ਕਰੋਨਾ ਨੂੰ ਇੱਥੇ ਹੀ ਕਰੋਨਾ ਹਟਾਰ ਲੱਗਦਾ ਜੀ ਬਿਲਕੁਲ ਤੁਸੀਂ ਆਏ ਕੀ ਲੋਕ ਤੇ ਆਏ ਜੇ ਫੈਸਲੇ ਆਏ ਲੋਕ ਇਹਗਾ ਕੋਈ ਹੱਲ ਹੈ ਲਾਕਡਾਊਨ ਕਰੋਨਾ ਕਿਉਂਕਿ ਲਾਕਡਾਊਨ ਕੋਈ ਹੱਲ ਨਹੀਂ ਮੈਂ ਇਸੇ ਕੱਟੀ ਆ ਰਿਹਾ ਹਾਂ ਲਾਕਡਾਊਨ ਕਰੋਨਾ ਦਾ ਠੀਕ ਕਰਨ ਦਾ ਕੋਈ ਹੱਲ ਹੀ ਨਹੀਂ ਹੈ ਕਰੋਨਾ ਫੈਲਣ ਤੋਂ ਰੋਕਣ ਦਾ ਜਿਹੜਾ ਉਹ ਵੀ ਟੈਂਪਰੇਰੀ ਅੱਜ ਵੀ ਇਹਨਾਂ ਨੇ ਲਾਤਾ ਲਾਕਡਾਊਨ ਇਹ ਘਰ ਘਰ ਜਾ ਕੇ ਤਾਂ ਫੇਰ ਨਹੀਂ ਦੇਖਣੇ ਵੜ ਕੇ ਹੋਣ ਵਾਲੇ ਜਿਹੜਾ ਸਟ੍ਰੇਨ ਆਇਆ ਹੈ ਅੱਗੇ ਮੇਰੇ ਕੋਲ ਜਿਹੜੇ ਫੋਨ ਆਉਂਦੇ ਸੀ ਕੋਈ ਕਹਿੰਦਾ ਸੀ ਜੀ ਮੈਨੂੰ ਕਰੋਨਾ ਹੋ ਗਿਆ ਤੇ ਮੇਰੀ ਘਰ ਵਾਲੀ ਨੂੰ ਤਾਂ ਨਹੀਂ ਹੋਇਆ ਮੇਰੇ ਬੱਚਾ ਨੂੰ ਨਹੀਂ ਹੋਇਆ ਮੇਰੇ ਮਾਪੇ ਬਾਪ ਨੂੰ ਨਹੀਂ ਹੋਇਆ ਮਤਲਬ ਇੱਕ ਅੱਦੇ ਮੈਂਬਰ ਨੂੰ ਹੁੰਦਾ ਸੀ ਘਰ 'ਚ ਕਿਤੇ ਕਿਤੇ ਮੇਰੇ ਕੋਲ ਆਇਆ ਕਿ ਦੋ ਨੂੰ ਹੋਇਆ ਹੁਣ ਮੇਰੇ ਕੋਲ ਜਿੰਨੇ ਫੋਨ ਆਉਂਦੇ ਨੇ ਕਿ ਜੀ ਚਾਰ ਮੈਂਬਰਾਂ ਚਾਰਾਂ ਨੂੰ ਹੋਇਆ ਹੋਇਆ ਤਿੰਨਾਂ ਤਿੰਨਾਂ ਨੂੰ ਹੋਇਆ ਹੋਇਆ ਜਿੰਨੇ ਫੋਨ ਮੇਰੇ ਕੋਲ ਆਉਂਦੇ ਨੇ ਪਤਾ ਨਹੀਂ ਕਿੰਨੇ ਆਉ ਉਹ ਦੇ ਵਿੱਚ ਸਾਰਾ ਪਰਿਵਾਰੀ ਵਿੱਚ ਗ੍ਰਸਤ ਹੈ ਇਹ ਗੱਲ ਵੱਖਰੀ ਵੀ ਕੋਈ ਥੋੜਾ ਠੀਕ ਹੋ ਗਿਆ ਕੋਈ ਅਜੇ ਜਿਆਦਾ ਠੀਕ ਨਹੀਂ ਹੋ ਰਿਹਾ ਉਹਦਾ ਸੋ ਇਹ ਅਸੀਂ ਰੋਜ਼ ਹੀ ਦੇਖਦੇ ਹਾਂ ਸੋ ਇਹ ਕਰੋਨਾ ਜਿਆਦਾ ਘਰ ਬੰਦ ਕਰਕੇ ਤਾਂ ਜਿਆਦਾ ਫੈਲੇਗਾ ਇਹਨਾਂ ਨੇ ਬਣਾ ਲਿਆ ਵੀ ਨਹੀਂ ਜੀ ਬਾਹਰ ਹੁਣ ਕੀ ਤਰੀਕਾ ਇਹਦਾ ਜਿਹੜਾ ਸਰਕਾਰ ਨੂੰ ਕਰਨਾ ਚਾਹੁੰਦਾ ਸੀ ਲੋਕਾਂ ਨੂੰ ਕਿਉਂਕਿ ਪਾਰਟਿਸਪੇਟ ਨਹੀਂ ਕਰਾਉਣਾ ਚਾਹੁੰਦੀਆਂ ਸਰਕਾਰਾਂ ਕੋਈ ਵੀ ਸਰਕਾਰਾਂ ਨੂੰ ਇਹ ਚਾਹੀਦਾ ਸੀ ਵੀ ਭਾਈ ਤੁਸੀਂ ਆਪਦੇ ਜਾਓ ਜਾਂ ਲੋੜ ਸਮਾਨ ਖਰੀਦੋ ਕੋਈ ਗੱਲ ਦੁਕਾਨਦਾਰ ਦੀ ਜ਼ਿੰਮੇਵਾਰੀ ਰਾਦੋ ਬੀਤੂ ਡਿਸਟੈਂਸ ਰੱਖਣਾ ਤੂੰ ਇਕੱਠੇ ਨਹੀਂ ਹੋਣ ਦੇਣਾ ਗਾਹਕ ਨੂੰ ਇਹ ਤੇਰਾ ਕੰਮ ਹੈ ਦੁਕਾਨ ਆਪਦੀ ਖੁੱਡੀ ਰੱਖ ਇੱਕ ਗਾਹਕ ਆਏਗਾ ਦੂਜਾ 6 ਫੁੱਟ ਤੇ ਖੜਾ ਹੋਏਗਾ ਜਦ ਇਹਨੂੰ ਤੋੜ ਦੇਗਾ ਇਹ ਜਾਏਗਾ ਇੱਧਰ ਨੂੰ ਦੂਜਾ ਇੱਧਰ ਹੀ ਆਏਗਾ ਇਹ ਤੇਰਾ ਕੰਮ ਹੈ ਸਾਡਾ ਕੰਮ ਨਹੀਂ ਹੈ ਤੂੰ ਆਪੇ ਕਰ ਤੇਰੀ ਦੁਕਾਨ ਖੁੱਡੀ ਰਹੇਗੀ ਰੱਖ ਤੂੰ ਰਾਤ ਤੱਕ ਰੱਖ ਠੀਕ ਹੈ ਉਹ ਗਾਹਕਾਂ ਨੂੰ ਆਪਦੇ ਨੂੰ ਸਮਝਾ ਲਈ ਐਨੇ ਲੋਕ ਲੈ ਆਪੇ ਸਮਝ ਬੈਣਗੇ ਲੜਾਈ ਥੋੜੋ ਕਰੀ ਜਾਣਗੇ ਹਰ ਵਕਤ ਫਿਰ ਇਸ ਤੋਂ ਅੱਗੇ ਕਿਤੇ ਕਿਤੇ ਥੋੜਾ ਕੰਮ ਆਪਦੀ ਸੁਪਰਵਾਈਜ਼ਨ ਕਰੀ ਜਾਣ ਉੱਤੇ ਸੈਟੇਲਾਈਟ ਡਾਟਾ ਵੀ ਕਿਤੇ ਜ਼ਿਆਦਾ ਕੱਟਦਾ ਨਹੀਂ ਹੋ ਰਿਹਾ ਪਿੰਡਾਂ ਚ ਮਹੱਲਿਆਂ ਚ ਖਾਸ ਕਰਕੇ ਪਿੰਡਾਂ ਚ ਜ਼ਰੂਰ ਸ਼ਹਿਰਾਂ ਚ ਜ਼ਰੂਰ ਕਮੇਟੀਆਂ ਬਣਾ ਦੋ ਵੀ ਸਾਡੇ ਸ਼ਹਿਰ ਦੇ ਵਿੱਚ ਬਾਹਰ ਦਾ ਬੰਦਾ ਆਸੀ ਬਿਨਾ ਟੈਸਟ ਕਰੇ ਨਹੀਂ ਆਂਦੇ ਨਾ ਚਾਹੇ ਕੋਈ ਕਿਸੇ ਦਾ ਰਿਸ਼ਤੇਦਾਰ ਹੈ ਚਾਹੇ ਕੋਈ ਸਮਾਨ ਖਰੀਦਣ ਆਉਂਦਾ ਪਰ ਅੰਦਰ ਸਾਰਿਆਂ ਦੇ ਦੇਖ ਲਓ ਵੀ ਜਿਨ੍ਹਾਂ ਨੂੰ ਕਰੋਨਾ ਹੈਗਾ ਜਾਂ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਆਈਸੋਲੇਟ ਕਰੋ ਜੇ ਅੰਦਰ ਤੋਂ ਸੀ ਕਰਨਾ ਨਹੀਂ ਕੁਝ ਵੀ ਬਾਹਰੋਂ ਆਉਣਾ ਕਰਤਾ ਬੰਦ ਫਿਰ ਤੋ ਕੁ ਫੈਦੈ ਨਹੀਂ ਹੋਣਾ ਅੰਦਰ ਤੋਂ ਹੋਰ ਫੈਲ ਜੂਗਾ ਸੋ ਉਹਦੇ ਵਿੱਚ ਕੀ ਹੈ ਹਰੇਕ ਪਿੰਡ ਚ ਹਰੇਕ ਸ਼ਹਿਰ ਦੇ ਵਿੱਚ ਇਦਾਂ ਦੀਆਂ ਕਮੇਟੀਆਂ ਬਣ ਸਕਦੀਆਂ ਨੇ ਉਹਨਾਂ ਨੂੰ ਸਾਰਾ ਜਿਹੜਾ ਜਿੰਨਾ ਆਮਲਾ ਫੈਡਾ ਉਹਦੇ ਰਾਹੀਂ ਘਰ-ਘਰ ਸਰਵੇਖਣ ਕਰੋ ਹਜੇ ਵੀ ਇਹਨਾਂ ਕੋਲੇ ਹੀ ਤਰੀਕਾ ਸੀਗਾ ਕਿਉਂਕਿ ਲੋਕਾਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੁੰਦੇ ਇਹ ਐਵੇਂ ਆਪਣੀ ਚੌਧਰ ਆਪਦੇ ਕਲਜੀ ਲਵਾਉਣਾ ਚਾਹੁੰਦੇ ਨੇ ਪਹਿਲਾਂ ਪ੍ਰਧਾਨ ਮੰਤਰੀ ਕੱਢਾ ਲਵਾਉਣਾ ਚਾਹੁੰਦਾ ਸੀ ਹੁਣ ਤਾਂ ਜਦ ਬੇੜੀ ਡੁੱਬਣ ਲੱਗੀ ਉਹ ਤਾਂ ਛਾਲ ਮਾਰ ਕੇ ਭੱਜ ਗਏ ਇਹਨਾਂ ਦੇ ਬੰਦੇ ਨਹੀਂ ਨਹੀਂ ਜੀ ਪਹਿਲਾ ਫੇਜ਼ ਬੜਾ ਵਧੀਆ ਠੀਕ ਹੋਇਆ ਸੀ ਕੋਈ ਬੰਦਾ ਸਾਫਤ ਕਰਕੇ ਦਿਖਾ ਵੀ ਪਹਿਲਾ ਫੇਜ਼ ਇਹਨਾਂ ਨੇ ਬਹੁਤ ਵਧੀਆ ਕਰਿਆ ਸੀ ਉਹ ਐਵੇਂ ਪੈਰਥਲ ਦੀ ਬਟੇਰੀ ਵਾਲੀ ਗੱਲ ਹ ਇਹਨਾਂ ਤਾਂ ਬਿਲਕੁਲ ਹੀ ਕੁੱਟਰ ਕੰਮ ਕਰੇ ਹੋਏ ਸੀ ਸੋ ਹੁਣ ਕੀ ਹੈ ਹੁਣ ਲਾਕਡਾਊਨ ਕਰਕੇ ਤੁਸੀਂ ਪਿੱਛੇ ਇੰਨਾ ਥੋੜਾ ਘੱਟਾ ਪਾਤਾ ਹੁਣ ਤੁਸੀਂ ਲਾਕਡਾਊਨ ਕਿਉਂ ਕਰਦੇ ਹੋ ਪਹਿਲਾਂ ਮੈਨੂੰ ਇਸ ਦੇ ਉੱਤੇ ਆਇ ਨਹੀਂ ਸੀਗਾ ਮੈਨੂੰ ਸੀਗਾ ਵੀ ਡਾਕਡਾਊਨ ਇਹਨਾਂ ਨੇ ਸੱਚੀ ਮੁੱਚੀ ਉਹਨਾਂ ਨੇ ਸਟੱਡੀ ਕਰਿਆ ਹੈ ਪਹਿਲਾ ਸਟੈਪ ਇਹ ਜਾਣ ਬੁੱਝ ਕੇ ਇਹਨਾਂ ਨੇ ਕਰਿਆ ਨਹੀਂ ਕਿਉਂਕਿ 트੍ਰੰਪ ਦੀ ਨੂੰ ਆਉ ਭਗਤ ਕਰਨੀ ਸੀ ਮਧ ਪ੍ਰਦੇਸ਼ ਦੀ ਸਰਕਾਰ ਤੋੜਨੀ ਸੀ ਉਹ ਬਿੜ ਕਰ ਰੱਖਣ ਵਾਲਾ ਜਿਹੜੀ ਸੀ ਕੋਰ ਉੱਤੇ ਹਵਾਈ ਅੱਡਿਆਂ ਤੇ ਤੇ ਸਮੁੰਦਰੀ ਬੰਦਰਗਾਹਾਂ ਦੇ ਉੱਤੇ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੀ ਕਵਾਰੈਂਟਾਈਨ ਕਰਨੀ ਸੀ ਉਹ ਨਹੀਂ ਕਰੀ ਪਰ ਮੈਨੂੰ ਇਹ ਲੱਗਦਾ ਸੀ ਵੀ ਇਹ ਜਿਹੜਾ ਹੁਣ ਡਾਕਡਾਊਨ ਆਇਆ ਇਹਦੇ ਨਾਲ ਹੀ ਇਸ ਹਿਰਜ ਨੇ ਹੁਣ ਮੈਨੂੰ ਪਿਛਲੇ ਸਮੇਂ ਚੋਂ ਬਾਰ-ਬਾਰ ਕਦੇ ਡਾਕਡਾਊਨ ਕਰਿਆ ਦਵਾਈਆਂ ਦਾ ਡਿਫਰੈਂਸ਼ੀਏਟ ਪ੍ਰਾਈਸ ਕਦੇ ਫਿਰਹਾ ਆਸਤਾ ਦਾ ਸਵਾਲ ਵੀ ਕੁੰਬ ਦੇ ਉੱਤੇ ਤੁਸੀਂ ਕਹਿੰਦੇ ਸਾਡੀ ਆਸਤਾ ਦੂਜੇ ਪਾਸੇ ਹੈ ਨਹੀਂ ਮਨੋਰਟੀਜ਼ ਵਾਲਾ ਸ਼ੁਰੂ ਮੈਨੂੰ ਉਦੋਂ ਹੋਇਆ ਜਿੱਦ ਦੇ ਨੇ ਤਬਰੀਕੀਆਂ ਦੇ ਉੱਤੇ ਲਾਇਆ ਫੇਰ ਇਹਨਾਂ ਨੇ ਹਜੂਰ ਸਾਹਾ ਨਾਲ ਤੇ ਲਾਇਆ ਵੀ ਇਹ ਫਰਾਂਉਂਦੇ ਨੇ ਫੇਰ ਉਦੋਂ ਬਾਅਦ ਹੁਣ ਕਿਸਾਨਾਂ ਤੇ ਲਾਤਾ ਸੀ ਪਿੱਛੇ ਵੀ ਇਹ ਫਰਾਂਉਂਦੇ ਨੇ ਸੋ ਉਹ ਤੋਂ ਮੈਨੂੰ ਬਾਰ-ਬਾਰ ਮੈਂ ਜੀ ਫਿਰ ਸਟੱਡੀ ਕਰੀ ਇਹਨੂੰ ਆਹਨ ਪੂਰੇ ਪਰਵੇਖ ਚ ਦੇਖਿਆ ਤਾਂ ਮੈਨੂੰ ਲੱਗਿਆ ਵੀ ਇਹ ਲੌਕਡਾਊਨ ਇੱਕ ਹਥਿਆਰ ਹੈ ਇਹ ਹਥਿਆਰ ਕਿ ਹੋ ਜਾਏ ਕੇਂਦਰ ਸਰਕਾਰ ਸੂਬਿਆਂ ਨੂੰ ਕਹਿੰਦਾ ਤੁਸੀਂ ਲੌਕਡਾਊਨ ਆਓ ਆਪ ਜਿੰਮੇਵਾਰੀ ਨਹੀਂ ਲੈਣੀ ਤੇ ਜਿਹੜੇ ਸੂਬਿਆਂ ਨੂੰ ਤੰਗ ਕਰਨਾ ਚਾਹੁੰਦਾ ਉਹਨੂੰ ਜ਼ਿਆਦਾ ਟੋਕਦਾ ਵੀ ਲਾਓ ਲਾਓ हरियाणा ਵਿੱਚ ਸਾਡੇ ਨਾਲ ਕੇਸ ਜਿਆਦਾ ਸੀ ਅੱਜ ਤੱਕ ਨਹੀਂ ਕਿਹਾ ਸੀ ਵੀ ਲਾਕਡਾਊਨ ਦਾ ਹੁਣ ਉਹਨਾਂ ਨੇ ਹਫ਼ਤੇ ਦਾ ਲਾਇਆ ਪੰਜਾਬ ਨੂੰ ਤਾਂ ਰੋਜ਼ ਹੀ ਹੁਕਮ ਕਰੀ ਜਾਂਦੇ ਸੀ ਪੰਜਾਬ ਵਾਲੇ ਤਾਂ 2 ਮਹੀਨਿਆਂ ਤੋਂ ਕਹੀ ਜਾਂਦੇ ਨੇ ਵੀ ਲਾਕਡਾਊਨ ਲਾਕਡਾਊਨ ਲੱਗੂਗਾ ਸੋ ਪੰਜਾਬ 'ਚ ਕੇਸ ਘਟਨੇ ਤਾਂ ਮੈਂ ਕਹਿਣਾ ਹੁਣ ਇਹਨਾਂ ਨੇ ਕੀ ਕਰਿਆ ਵੀ ਜੇ ਡਾਕਡਾਊਨ ਵਾਰ-ਵਾਰ ਲਾਵਾਂਗੇ ਵਾਰ-ਵਾਰ ਲਾਕਡਾਊਨ ਜਿਵੇਂ ਆਪਣੇ ਜੇ ਬਿਜਲੀ ਹਰ ਅੱਧੇ ਘੰਟੇ ਬਾਅਦ ਚੱਲੀ ਜਾਵੇ ਚੱਲੀ ਜਾਵੇ ਤਾਂ ਸਾਡਾ ਜਿਹੜਾ ਉਹ ਨੰਪ-ਨੰਪ ਜਾਇਆ ਤੇ ਉਹ ਬਿਜਲੀ ਦਾ ਤਾਂ ਸਾਨੂੰ ਕੋਈ ਫਿਰ ਫਾਇਦਾ ਨਹੀਂ ਹੋਣਾ ਰੋਣ ਨੂੰ ਲੰਪ ਚਾਰ ਕਰਕੇ ਰੱਖਣਾ ਪਊਗਾ ਠੀਕ ਹੈ ਨਾ ਜੇ ਲਗਾਤਾਰ ਹੋਊਗੀ ਫਿਰ ਲੰਪ ਡੋ ਸਾਨੂੰ ਡੋੜ ਕੋਈ ਨਹੀਂ ਇਦਾਂ ਹੀ ਜੇ ਬਾਰ-ਬਾਰ ਲੋਕਡਾਊਨ ਡਾਉਣਗੇ ਫਿਰ ਉਹਨਾਂ ਦੁਕਾਨਾਂ ਚ ਤਾਂ ਸਾਨੂੰ ਡੋੜ ਹੀ ਕੋਈ ਨਾ ਰਹੀ ਬਿਲਕੁਲ ਨਿਕਾਲੀਆਂ ਹੋ ਜਾਣੀਆਂ ਨੇ ਨਾ ਦੁਕਾਨਾਂ ਕਿਉਂਕਿ ਬੰਦੇ ਨੂੰ ਹਰ ਵਕਤ ਤਾਂ ਸਾਮਾਨ ਮਿਲਦਾ ਨਹੀਂ ਨਾ ਦੁਕਾਨਦਾਰ ਉਹਨੂੰ ਚੱਲ ਸਕੇ ਵੀ 2 ਘੰਟੇ ਖੋਲ ਲਈ ਜੀ 2 ਘੰਟੇ ਬੰਦ ਕਰਤੀ ਦੁਕਾਨ ਦੁਕਾਨ ਦੇ ਉੱਤੇ ਤਾਂ ਖਰਚੇ ਪੈ ਰਹੇ ਨੇ ਜਾਂ ਫੈਕਟਰੀ ਤਾਂ ਖਰਚੇ ਪੈ ਰਹੇ ਨੇ ਸੋ ਜਿਹੜੇ ਪ੍ਰਵੈਂਸ਼ਨ ਕਰਕੇ ਉਹਦੇ ਜ਼ਿੰਮੇਵਾਰੀ ਡਾਉਣੀ ਸੀ ਕਿ ਤੂੰ ਚਲਾਏ ਇਸਨੂੰ ਪਰ ਤੂੰ ਆ ਗੱਲਾਂ ਦਾ ਧਿਆਨ ਰੱਖਣਾ ਹੈ ਉਹਦੀ ਬਜਾਏ ਆਪ ਪੁਲਿਸ ਨੂੰ ਡੰਡਾ ਫੜਾਤਾ ਵੀ ਇਹਨੂੰ ਚੱਲਣੇ ਨਹੀਂ ਦੇਣਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਜਿਹੜਾ ਸਾਨੂੰ ਸਮਝਣਾ ਪਊਗਾ ਲਾਕਡਾਊਨ ਦੇ ਉੱਤੇ ਮੈਂ ਇੱਕ ਇੱਥੇ ਵਪਾਰ ਮੰਡਲ ਦੇ ਵਾਈਸ ਪ੍ਰੈਜ਼ੀਡੈਂਟ ਦਾ ਸੁਣ ਰਿਹਾ ਸੀ ਉਹ ਕਹਿੰਦਾ ਜੀ ਹੁਣ ਤਾਂ ਡਾਂਗਾ ਚੱਕ ਕੇ ਮੁਖ ਨਾਲ ਮਰਨ ਨਾਲੋਂ ਤੇ ਇਹ ਇਹਨਾਂ ਦੀ ਗੋਲੀ ਨਾਲ ਮਰਨਾ ਚੰਗਾ ਇੱਥੇ ਤੱਕ ਜੇ ਲੋਕ ਆਉਂਦੇ ਨੇ ਨਾ ਖਾਸ ਕਰਕੇ ਜਿਹੜੀ ਵਪਾਰੀ ਕਮਿਊਨਿਟੀ ਹੁੰਦੀ ਹੈ ਉਹ ਜੰਗ ਨਹੀਂ ਕਰਕੇ ਰਾਜੀ ਹੁੰਦੀ ਉਹ ਅਸੀਂ ਦੁਖੀ ਹੋ ਕੇ ਗੱਲ ਕਰਦੀ ਆਈ ਜੀ ਸੋ ਉਹਨੇ ਗੱਲ ਇਹ ਕਰੀ ਆ ਬਠਿੰਡੇ ਦੇ ਵਿੱਚ ਆਮਕਸਰ ਚ ਹੋਰ ਰੌੜਾਤ ਹੈ ਹੀ ਰਹੇ ਨੇ ਸੋ ਹੁਣ ਹਾਲਤ ਕੀ ਹੋਈ ਹੈ ਹਾਲਤ ਵੱਡੀ ਇਹ ਹੋਈ ਹੋਈ ਹੈ ਕਿ ਇਹਨਾਂ ਨੇ ਬਾਰ-ਬਾਰ ਲੋਕਡਾਊਨ ਕਰਕੇ ਬਾਰ-ਬਾਰ ਸੰਡੇ ਦਾ ਰਾਦੋ ਜੀ ਫਲਾਣਾ ਜਿਮ ਬੰਦ ਕਰ ਦਿਓ ਜੀ ਫਰਾਉਂ ਹੋਟਲ ਬੰਦ ਕਰ ਦਿਓ ਜੀ ਕੁਝ ਵੀ ਕਹਿ ਕੇ ਉਹਦੇ ਨਾਲ ਕੀ ਹੈ ਕਿ ਵਪਾਰ ਨੂੰ ਥੱਲੇ ਲਿਆਓ ਜਦ ਜਿਹੜਾ ਵਪਾਰ ਵਾਲ ਹੈ ਕਿ ਲੋਕ ਪੁੱਛਦੇ ਨੇ ਕਿ ਤੁਸੀਂ ਸਕੂਲ ਬੰਦ ਕਰ ਦਿੱਤੇ ਠੇਕੇ ਖੁੱਲੇ ਨੇ देर रात ਤੱਕ ਠੇਕੇ ਖੁੱਲੇ ਰਹਿੰਦੇ ਚੋਰ ਮੋਰੀਆਂ ਦੇ ਰਾਹੀਂ ਸਾਰਾ ਕੁਝ ਚੱਲ ਰਿਹਾ ਹੋ ਨਜਾਇਜ਼ ਧੰਦੀ ਜਿਹੜੇ ਨੇ ਉਹ ਵੀ ਚੱਲ ਰਹੇ ਨੇ ਸਭ ਪਾਸੇ ਨਹੀਂ ਮੈਂ ਦੇਖੋ ਇਹ ਤਾਂ ਆਮ ਬੰਦਿਆਂ ਦਾ ਸਵਾਲ ਠੀਕ ਹੈ ਵੈਸੇ ਤਾਂ ਪਰ ਇਸ ਗੱਲ ਨਾਲ ਮੈਂ ਇੰਨਾ ਨਹੀਂ ਸਹਿਮਤ ਵੀ ਜ਼ਰੂਰੀ ਚੋਰ ਮੋਰੀਆਂ ਤਾਂ ਸਾਰੇ ਪਾਸੇ ਨੇ ਚੋਰ ਮੋਰੀਆਂ ਦੇ ਜਿਹੜੇ ਰੋਕੇ ਨੇ ਉੱਥੇ ਵੀ ਚੱਲਣੀਆਂ ਨੇ ਉਹ ਤਾਂ ਸਿਸਟਮ ਦਾ ਇੱਕ ਹੋਰ ਪਾਰਟ ਹੈ ਮੈਂ ਇਹ ਕਹਿਣਾ ਵੀ ਇਹ ਜਿਹੜਾ ਲੌਕਡਾਊਨ ਬਾਰ-ਬਾਰ ਰਹੁੰਦੇ ਨੇ ਵੀ ਇਹ ਸਿਸਟਮ ਨੂੰ ਫੇਲ ਕਰਦਾ ਹੈ ਤਾਂ ਕਿ ਲੋਕ ਆਨਲਾਈਨ ਪਰਚੇਸ ਕਰਨ ਜਿਵੇਂ ਕਿਸਾਨਾਂ ਦੀ ਜ਼ਮੀਨ ਤੇ ਕਾਬੂ ਕਰਨ ਵਾਸਤੇ ਤਿੰਨ ਕਾਨੂੰਨ ਲੈਂਦੇ ਨੇ ਇਦਾਂ ਹੀ ਡਿਜ਼ਾਸਟਰ ਮੈਨੇਜਮੈਂਟ ਐਕਟ ਤੇ ਐਪੀਡੈਮਿਕ ਐਕਟ ਨੂੰ ਇਹ ਮੀਡੀਆ ਨੂੰ ਸਿੱਖਿਆ ਸੰਸਥਾਵਾਂ ਨੂੰ ਸਿਹਤ ਸੰਸਥਾਵਾਂ ਨੂੰ ਛੋਟੇ ਵਪਾਰੀਆਂ ਨੂੰ ਛੋਟੇ ਚੱਕੀ ਵਾਲਿਆਂ ਨੂੰ ਸੈਲਰ ਵਾਲਿਆਂ ਨੂੰ ਛੋਟੇ ਢਾਬੇ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਛੋਟੀਆਂ ਢੇਰੀਆਂ ਵਾਲਿਆਂ ਨੂੰ ਟੈਕਸੀਆਂ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਬਾਹਰ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜੇ ਵੱਡੇ ਕਾਰਪੋਰੇਟ ਨੇ ਉਹਨਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀਆਂ ਯੂ ਨੋ ਪਕੈਣਾ ਨਾ ਵੀ ਆਪੇ ਜੀਪੀਐਸ ਕਹਿ ਦੁੰਦੇ ਨੇ ਉਹਦੇ ਕਹਾ ਫਰਦਰ ਵੀ ਉਹ ਟੈਕਸੀਆਂ ਚੱਲਣ ਵੱਡੀ ਕਾਰਪੋਰੇਸ਼ਨ ਦੀਆਂ ਸਾਰਾ ਵੱਡਾ ਕਾਰਪੋਰੇਟ ਦਾ ਕੰਮ ਛੱਡੇ ਜਦ ਇਹਨਾਂ ਦਾ ਵਪਾਰ بار 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 ਬੰਦ ਕਰਕੇ ਕਦੇ 2 ਘੰਟੇ ਕਦੇ 4 ਘੰਟੇ ਕਦੇ ਸੰਡੇ ਨੂੰ ਕਦੇ ਸੈਚਰਡੇ ਨੂੰ ਕਦੇ ਟਾਈਮ ਲਿਮਿਟ ਕਰਕੇ ਇਹ ਵਪਾਰ ਫੇਲ ਹੋ ਜੂਗਾ ਅਲਟੀਮੇਟਲੀ ਬਹੁਤਿਆਂ ਦਾ ਬਈ ਨੋ ਵੱਡੇ ਵੱਡੇ ਪੁਰਾਣੇ ਵੀ ਬਥੇਰੇ ਆਂਦੇ ਦੁਕਾਨਾਂ ਬੰਦ ਕਰ ਗਈਆਂ ਤੁਹਾਨੂੰ ਪਤਾ ਹੀ ਐ ਜਿਹੜਾ ਵੱਡਾ ਪੁਰ ਬੰਨ ਜਾਂਦਾ ਥੱਲੇ ਬਿਕਰੀ ਤਾਂ ਕਰਦੀ ਹੋਈ ਆ ਸੋ ਇਹ ਵਪਾਰ ਬੰਦ ਕਰਾ ਕੇ ਇਹ ਦੋ ਹੀ ਤਰੀਕੇ ਨੇ ਉਧਰ ਬੇਲ ਲੈ ਆਂਦੇ ਨੇ ਇਧਰ ਇਹ ਲੈ ਆਂਦੇ ਨੇ ਇੱਕ ਉਧਰ ਮਜ਼ਦੂਰਾਵਾਂ ਵਾਲੇ ਬੇਲ ਲੈਂਦਾ ਵੀ ਜਦ ਮਰਜ਼ੀ ਹਟਾ ਦਿਓ 300 ਤੱਕ ਜੇ ਤੁਹਾਡੇ ਕੋਲ ਹੈਗਾ ਸੋ ਇਹਦੇ ਨਾਲ ਇਹਨਾਂ ਦੀ ਕੋਸ਼ਿਸ਼ ਵੱਡੀ ਇਹ ਹੈ ਕਿ ਅਸੀਂ ਸਾਰੇ ਢਾਂਚੇ ਨੂੰ ਕਾਰਪੋਰੇਟ ਦੇ ਹਵਾਲੇ ਕਰ ਦਈਏ ਆ ਆ ਵੀ ਕਾਰਪੋਰੇਟ ਦੇ ਹਵਾਲੇ ਕਰਨਾ ਇੱਕ ਸੋਚੀ ਸਮਝੀ ਚਾਲ ਐ ਬਾਰ-ਬਾਰ ਇਹ ਕਰਨਾ ਹੁਣ ਤੁਸੀਂ ਦੇਖੋ ਕੋਰੋਨਾ ਫੈਲ ਰਿਹਾ 4 ਲੱਖ ਮਰੀਜ਼ ਰੋਜ਼ ਦਾ ਅੱਜ ਦਿਨ ਨਾਸੀ ਸਮਥਿੰਗ ਹੈ ਤੇ ਜੇ ਤੁਹਾਡੇ ਕੋਲ ਵੱਧਦਾ ਵੱਧਾ 4 ਲੱਖ ਤੇ ਆ ਰਿਹਾ ਹੈ ਹੁਣ ਘਟਣਾ ਸ਼ੁਰੂ ਹੋ ਗਿਆ ਸ਼ਾਇਦ 15 ਤੱਕ ਹੋਰ ਘਟ ਜੇ ਕਿ ਤੁਹਾਡੇ ਅੰਦਾਜ਼ੇ ਵੀ ਗਲਤ ਹੁੰਦੇ ਨੇ ਰੋਜ਼ ਹੀ ਕਦੇ ਤੁਸੀਂ ਕੁਛ ਲਾ ਦਿੰਦੇ ਹੋ ਕਦੇ ਕੁਛ ਲਾ ਦਿੰਦੇ ਹੋ ਤੁਸੀਂ ਟੀਕਾ ਕਰਨ ਕਰਨ ਦੀ ਗੱਲ ਕਰਦੇ ਹੋ ਅੱਜ ਤੁਸੀਂ ਬਿਆਨ ਸ਼ਾਇਦ ਪੜਿਆ ਹੋਵੇ ਕੈਪਟਨ ਸਾਹਿਬ ਦਾ 3 ਲੱਖ 30 ਹਜ਼ਾਰ ਡੋਜ਼ ਆਈਆਂ ਨੇ 1845 ਵਾਸਤੇ ਇਹਨਾਂ ਕੋਲੇ 1 ਮਈ ਨੂੰ ਲਾਂਕੀ ਕਰਤਾ ਸੀ ਵੀ ਸਭ ਦੇ ਟੀਕਾ ਲਾਵਾਂਗੇ 18 ਤੋਂ 45 ਦੇ 1 ਕਰੋੜ 37 ਲੱਖ ਬਾਕੀ ਮੈਂ ਪਹਿਲਾਂ ਕੈਲਕੂਲੇਟ 57 ਲੱਖ ਫਿਰ ਮੈਂ ਹੋਰ ਕੈਲਕੂਲੇਸ਼ਨ ਵੀ ਪ੍ਰਾਣੀ ਉਸ ਦੇ ਉੱਤੇ 1 ਕਰੋੜ 37 ਲੱਖ ਬੰਦਾ 18 ਤੋਂ 45 ਦਾ ਘੱਟੋ ਘਾਟ ਹੈ ਪੰਜਾਬ 'ਚ ਤੇ ਉਹਦੇ ਵਿੱਚੋਂ ਤੁਸੀਂ ডোজਾਂ ਦਿੱਤੀਆਂ ਨੇ 330000 ਇਸ ਸਹੂਲਤਾਂ ਕਿੰਨੇ ਕਾਦੇ ਪੂਰੀਆਂ ਹੋਈਆਂ ਕਹਿੰਦੇ ਨਾਨਾ ਮਨteil ਹੋ ਗਿਆ ਨਾਰਾ ਦਾ ਨੱਚੇਗੀ ਸੋ ਇਹ ਜਿਹੜਾ ਇਹਨਾਂ ਦਾ ਜਿਹੜਾ ਸਾਡਾ ਜਿਹੜਾ ਸਾਡੀ ਸੁਣਸਿਆ ਕੀ ਹੈ ਕਿ ਇਹਨਾਂ ਨੇ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਉਹ ਤਾਂ ਐਵੇਂ ਕੱਚੀਆਂ ਬੱਚੀਆਂ ਦੇਣੀਆਂ ਨੇ ਆ ਆਕਸੀਜਨ ਦੇ ਉੱਤੇ ਜਿੰਨਾ ਰੌਲਾ ਪੈ ਰਿਹਾ ਹੈ ਜਿਹੜੀ ਰੈਮਡੀਸ ਵੀਰ ਹੈ ਤੇ ਟੋਸੀਲ ਜੰਪਾ ਹੈ ਉਹਦੇ ਉੱਤੇ ਉਹਦੇ ਕੋਈ ਬਹੁਤ ਫਾਇਦੇ ਪਹਿਲਾਂ ਵੀ ਨਹੀਂ ਸੀਗੇ ਪਹਿਲਾਂ ਉਹਦਾ ਪ੍ਰਚਾਰ ਚੱਲਦਾ ਸੀ ਸਾਰੇ ਹਸਪਤਾਲਾਂ 'ਚ ਹੁਣ ਇਹ ਏਕ ਹੋਣਾ ਸ਼ੁਰੂ ਕਰਤਾ ਵੀ ਇਹਦਾ ਤਾਂ ਕੋਈ ਫਾਇਦਾ ਨਹੀਂ ਐਵੇਂ ਇਹਦੇ ਪਿੱਛੇ ਨਾਲ ਫਿਰੋ ਹੁਣ ਲੋਗੇ ਥੋੜੇ ਕਹਿੰਗੇ ਵੀ ਨਾ ਪਿੱਛੇ ਫਿਰਿਏ ਫਿਰ ਲਈਏ ਕੀ ਸੋ ਉਹਦੇ ਵਿੱਚ ਉਹ ਦਵਾਈਆਂ ਮਹਿੰਗੀਆਂ ਬਟੜੀਆਂ ਨੇ 80-80 ਹਜ਼ਾਰ ਦਾ ਠੀਕਾ 70 ਹਜ਼ਾਰ ਦਾ ਵਿਕ ਰਿਹਾ ਏ ਇਸੇ ਤਰ੍ਹਾਂ ਹੀ ਇਹਨਾਂ ਨੇ ਕਹਿਤਾ ਆ ਯੂਜ਼ 64 ਪਾਤੀ ਇੱਕ ਵੀ ਇਹ ਜਿਹੜਾ ਮਾਈਲਡ ਹੈ ਮੋਡਰੇਟ ਆ ਉਹ ਲੈਦੇ ਉਹਨੂੰ ਪੁੱਛੋ ਵੀ ਮੈਡੀਕਲ ਮੋਡਰੇਟ ਤਾਂ ਠੀਕ ਹੀ ਆਪੇ ਹੋ ਜਾਂਦੇ ਨੇ ਯੂਚੌਂਟ ਦਾ ਕੀ ਕੀ ਕਰ ਰਾ ਉਹਨੇ ਕੋਈ ਕਹਿੰਦੇ ਜੀ ਅਸੀਂ 207 10 ਬੰਦਿਆਂ ਤੇ ਟੈਸਟ ਕਰਿਆ ਤਿੰਨ ਜਗ੍ਹਾ ਤੇ 210 ਬੰਦਿਆਂ ਤੇ ਪ੍ਰੀਖਣ ਕਿੰਨਾ ਕਹ ਹੈ ਕਿੰਨਾ ਕ ਨਹੀਂ ਉਹ ਤਾਂ ਅਗਲੀ ਗੱਲ ਦਾ 210 ਬੰਦਿਆਂ ਦੇ ਪ੍ਰੀਖਣਾਂ ਤੁਸੀਂ ਲੋਕਾਂ ਨੂੰ ਦਵਾਈ ਦੇਣੀ ਸ਼ੁਰੂ ਕਰ ਦੋਗੇ ਕਿਉਂ ਕਿਉਂਕਿ ਇਹ 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 ਸਾਰਾ ਪੁੱਠੇ ਪਸਲੇ ਜਾਣਾ ਉਸ ਦਿਨ ਟੰਗਾ ਪੈਸਾ ਅੰਜੂ ਯੂਚੌਂਟ ਆ ਲੈਣਾ ਤਾਂ ਕਹਿ ਲਈਏ ਇਸੇ ਬੰਦਾ ਜਿਹੜਾ ਫੱਟੇ ਕਿੱਥੇ ਰਹੇ ਹਾਂਜੀ ਜੀ ਮੈਂ ਕਹ ਰਿਹਾ ਸੀ ਕਿ ਇੱਕ ਵੱਡੀ ਗੋਲਦਾ ਜਿਹੜਾ ਆ ਉਹ ਚੱਲ ਰਿਹਾ ਇੱਥੇ ਇੱਕ ਡਾਕਟਰ ਸਾਹਿਬ ਹੋਰ ਇਹ ਚ ਖਾਸ ਗੱਲ ਹੈ ਕਿ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਵੈਂਟੀਲੇਟਰ ਆਏ ਤੇ ਉਹਨਾਂ ਨੂੰ ਚਲਾਉਣ ਵਾਲੇ ਇਨਸਟਰਕਟਰ ਨਹੀਂ ਹੈਗੇ ਤੇ ਦੂਜੀ ਗੱਲ ਇਹ ਕਿ ਜਿਹੜੇ ਐਮਬੀਬੀਐਸ ਕੀਤੇ ਫਾਈਨਲ ਇਅਰ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਫਰੰਟਲਾਈਨਰ ਦੇ ਤੌਰ ਤੇ ਹੁਣ ਭਰਤੀ ਕੀਤਾ ਜਾ ਰਿਹਾ ਜਦੋਂ ਭਰਤੀਆਂ ਦੀ ਲੋਡ ਸੀ ਉਦੋਂ ਭਰਤੀ ਕੀਤੇ ਨਹੀਂ ਤੇ ਜੇ ਹੁਣ ਰੱਖਣੇ ਤਾਂ ਕਿਤੇ ਇਹ ਨਾ ਹੋਵੇ ਕਿ ਪ੍ਰਾਈਵੇਟ ਕੱਚੇ ਕੰਮੇ ਰੱਖ ਲਓ ਜਿੱਥੇ ਸਿਹਤ ਦੀ ਲੋੜ ਹੈ ਉੱਤੇ ਜਦੋਂ ਨਹੀਂ ਜਦੋਂ ਕੰਮ ਮੁੱਕ ਗਿਆ ਉਦੋਂ ਉਹਨਾਂ ਨੂੰ ਹਟਾ ਦਿਓ ਨਹੀਂ ਇਹ ਸਾਰਾ ਕੁਝ ਬਿਲਕੁਲ ਠੀਕ ਹੈ ਤੁਹਾਡੀ ਗੱਲ ਹੈ ਇਹਨਾਂ ਦਾ ਸਾਰਾ ਕੁਝ ਗਲਤ ਹੈ ਇਹ ਨਹੀਂ ਹੈ ਕਿ ਇਹਨਾਂ ਨੇ ਐਮਬੀਬੀਐਸ ਡਾਕਟਰਾਂ ਤੋਂ ਬਥੇਰੇ ਮਰਦੇ ਨੇ ਜਾਣ ਕੇ ਨਹੀਂ ਭਰਤੀ ਕਰਦੇ ਐਮਬੀਬੀਐਸ ਦੇ ਸਟੂਡੈਂਟਸ ਹੀ ਕੋਈ ਡੋਟ ਨਹੀਂ ਹੈ ਤੇ ਡਾਕਟਰ ਮਿਲ ਜਾਂਦੇ ਨੇ ਇਹ ਜਾਣ ਕੇ ਭਰਤੀ ਨਹੀਂ ਕਰਦੇ ਇਹਨਾਂ ਨੂੰ ਜਿਹੜੇ ਅਨਸਥੀਧੀਆਂ ਵਾਲੇ ਨੇ ਉਹ 121 ਪੋਸਟਾਂ ਇਹਨਾਂ ਨੇ ਐਡਵਰਟਾਈਜ਼ ਕਰੀਆਂ ਨੇ 488 ਟੋਟਲ ਕਰੀਆਂ ਨੇ ਉਹ ਚ 121 ਅਨਸਥੀਧੀਆਂ ਵਾਲੇ ਨੇ ਜਿਨ੍ਹਾਂ ਨੇ ਵੈਂਟੀਲੇਟਰ ਚਲਾਉਣੇ ਨੇ ਜਾਂ ਵੈਂਟੀਲੇਟਰ ਚਲਾਉਣ ਦੀ ਟ੍ਰੇਨਿੰਗ ਦੇਣੀ ਹੈ ਤੇ ਉਹ ਤਨਖਾਹ ਤਾਂ ਐਮਡੀ ਬੰਦਾ ਤਾਂ ਐਮਡੀ ਚਾਹੁੰਦੇ ਨੇ ਤਨਖਾਹ ਐਮਬੀਬੀਐਸ ਵਾਲ ਉਹ ਪਾਗੜਾ ਕੋਈ ਨਕੜਾ ਉਹ ਤਿੰਨ ਸਾਲ ਵਾਧੂ ਲਾ ਕੇ ਖਰਚੇ ਏਡੇ ਕਰਕੇ ਸੋ ਇਸ ਕਰਕੇ ਬਹਾਨੇਵਾਜ਼ ਨੇ ਇਹ ਸਾਰਾ ਕੁਝ ਗੰਤ ਕਰ ਰਹੇ ਨੇ ਸੈਂਟਰ ਕੇਂਦਰ ਵੀ ਕਾਂਗਰਸ ਵਾਲਿਆਂ ਨੂੰ ਮਿਹਣੇ ਦੇ ਜਾਂਦੇ ਨੇ ਬੀਜੇਪੀ ਵਾਲੇ ਅਕਾਲੀ ਆ ਗਏ ਕਿ ਤੁਹਾਡੇ ਜੀ ਵੈਂਟੀਲੇਟਰ ਨਹੀਂ ਚੱਲਦੇ ਉਹਨਾਂ ਨੂੰ ਕੋਈ ਪੁੱਛੇ ਦਿੱਲੀ ਵਾਲਿਆਂ ਨੂੰ ਵੀ ਜਿਹੜੇ ਵੈਂਟੀਲੇਟਰ ਤੁਸੀਂ ਖਰੀਦ ਕੇ ਦਿੱਤੇ ਉਹ ਤਾਂ ਹਾਈ ਨਕੰਮੇ ਸੀ ਉਹਤੇ ਸਵਾਲ ਕਿਉਂ ਨਹੀਂ ਕਰ 200 ਵੈਂਟੀਲੇਟਰ ਉਹ ਭੇਜਿਆ 200 ਦਾ 200 ਮਾਰਾ ਸੀ ਉਹਦਾ ਕੀ ਕਰਿਆ ਤੁਸੀਂ ਇਹਨਾਂ ਨੂੰ ਪੁੱਛੇ ਇਹ ਕਹਿੰਦੇ ਜੀ ਦਿੱਲੀ ਵਾਲਿਆਂ ਨੇ ਐ ਕਰਤਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਪੁੱਛਿਆ ਜਿਹੜਾ ਕੁਝ ਤੁਸੀਂ ਕਰ ਸਕਦੇ ਹੋ ਉਹ ਕਿਉਂ ਨਹੀਂ ਕਰਿਆ ਸੋ ਇਹ ਸਾਰੇ ਇੱਕੋ ਜਿਹੇ ਨੇ ਇਸ ਮਾਮਲੇ 'ਚ ਇਹ ਜਿਹੜਾ ਪ੍ਰਬੰਧ ਕਰਨਾ ਸੀ ਉਹ ਕਰੇ ਹੀ ਨਹੀਂ ਐਵੇਂ ਡਰਾਵਾ ਦੇ ਤਾਂ ਲੋਕਾਂ ਨੂੰ ਡਰਾਤਾ ਆ ਵੀ ਕੀ ਕਰਨਾ ਸੋ ਪ੍ਰਬੰਧ ਨਹੀਂ ਕਰਿਆ ਤਨਖਾਹਾਂ ਹੁਣ ਇਹ ਕਹਿੰਦੇ ਨੇ ਵੀ ਤੁਹਾਡੇ ਕੋਲ ਜੀ ਇਹ ਅਕਾਲੀ ਬੀਜੇਪੀ ਜ਼ਿਆਦਾ ਕਹਿੰਦੇ ਨੇ ਕਿ ਜੀ ਤੁਹਾਡੇ ਕੋਲ ਤਾਂ ਵੈਂਟਿਲੇਟਰ ਚਲਾਉਣ ਵਾਲੇ ਨਹੀਂ ਕੇਂਦਰ ਸਰਕਾਰ ਵੀ ਕਹਿੰਦੀ ਹੈ ਤੁਹਾਨੂੰ ਪਤਾ ਵੀ ਜਿਹੜੇ ਇਹ ਸਪਾਈਸ ਸਟਾਨ ਜਾਂ ਪੋਸਟਾਂ 2009 ਤੋਂ ਖਾਲੀ ਪਈਆਂ ਨੇ 6 ਸਾਲ ਤੋਂ 7 ਸਾਲ ਤੋਂ ਨਾ ਹੀ ਸਰਕਾਰ ਰਹੀ ਸੀ ਨਾ ਉਹਨਾਂ ਨੇ ਕਿਉਂ ਨਹੀਂ ਭਰਤੀ ਕਰੇ ਇਹ ਕਹਿਣਾ ਬੜਾ ਸੌਖਾ ਹੈ ਇਹ ਇੱਕ ਦੂਜੇ ਨੂੰ ਦੋਸ਼ ਦਿੰਦੇ ਤਾਂ ਕਿ ਜਨਤਾ ਇਸੇ ਕਨਫਿਊਜ਼ਨ 'ਚ ਬਣੀ ਰਹੇ ਇੱਕ ਦੂਜੇ ਤੇ ਉਹੀ ਦੋਸ਼ ਲਾਈ ਜਾਓ ਉਹ ਕਹਿੰਦੇ ਉੱਤਰ ਕਾਟੋ ਮੈਂ ਚੜਾਂ ਵਾਲੀ ਗੱਲ ਹੈ ਇਹਨਾਂ ਦੀ ਸੋ ਨਾ ਉਹਨਾਂ ਨੇ ਭਰਤੀ ਕਰੇ ਕਿਉਂ ਕਿ ਉਹਦੇ ਭਰਤੀ ਦੇ ਵਿੱਚ ਨਾ ਹੋਣਦਾ ਮੈਂ ਭਾਜੀਪੀ ਦੇ ਮੰਤਰੀ ਸੀਗਾ ਹਮੇਸ਼ਾ ਭਾਜੀਪੀ ਦੇ ਮੰਤਰੀਆਂ ਨੂੰ ਕਿਹਾ ਵੀ ਤੁਹਾਨੂੰ ਤੁਸੀਂ ਐ ਤਾਂ ਦੱਸੋ ਮੈਨੂੰ ਵੀ 5 ਸਟਾਰ ਹੋਟਲ ਤੇ ਰੋਟੀ ਖਾਓ ਪੈਸੇ ਤੁਸੀਂ ਉਸ ਦੇ ਦੇਣਾ ਚਾਹੁੰਦੇ ਹੋ 2 ਸਟਾਰ ਵਾਲੇ ਦੇ ਕੌਣ ਤੁਹਾਨੂੰ ਦੇਗਾ ਰੋਟੀ ਉਹ ਤੁਸੀਂ ਐਮਰੀ ਡਾਕਟਰ ਚਾਹੁੰਦੇ ਹੋ ਜਿਹਦੇ 3 ਸਾਲ ਵੱਧੂ ਲਾਏ ਹੋਏ ਨੇ ਤਨਖਾਹ ਉਹ ਨਹੀਂ ਲੱਗਣੀ ਤਨਖਾਹ ਉਹ ਤੁਸੀਂ ਐਮਬੀਬੀਐਸ ਆ ਦੇਣੇ ਉਹਦਾ ਜੂਨੀਅਰ ਜਿਹੜਾ ਹੈ ਉਹਦਾ ਨਾਲ ਦਾ ਜਿਹਨੇ ਘੱਟ ਨੰਬਰ ਲਏ ਸੀ ਉਹ ਤੋਂ 20000 ਤਨਖਾਹ ਦਾ ਵੱਧ ਲੈ ਰਿਹਾ ਉਹ ਕਿਉਂ ਆਊਗਾ ਕੰਮ ਵੀ ਘੱਟ ਕਰ ਰਿਹਾ ਉਹ ਸੋ ਇਹਨਾਂ ਨੇ ਸਾਰਾ ਕੁਝ ਇੱਦਾਂ ਰੂਰਲ ਡਿਵੈਲਪਮੈਂਟ ਨੂੰ ਦੇ ਰੱਖੀਆਂ ਨੇ ਡਿਸਪੈਂਸਰੀਆਂ ਇਹ ਵਾਪਸ ਕਿਉਂ ਨਹੀਂ ਲਗੀਆਂ ਕਿਉਂਕਿ ਉਹ ਜਿਹੜੇ ਗੈਰਹਾਜ਼ਰ ਰਹਿ ਕੇ 10000 ਰੁਪਏ ਮਹੀਨਾ ਰੂਰਲ ਡਿਪਾਰਟਮੈਂਟ ਨੂੰ ਜਾਂਦਾ ਹੈ 80 ਲੱਖ ਰੁਪਏ ਮਹੀਨੇ ਦਾ ਜਾਂਦਾ ਹੈ ਸੋ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਨੇ ਵੀ ਕੇਂਦਰ ਨੇ ਵੀ ਇਹ ਚ ਕੁਝ ਨਹੀਂ ਕਰਿਆ ਕੇਂਦਰ ਨੇ ਪਿੱਛੇ ਕਹਿਤਾ ਅਸੀਂ ਤਾਂ ਜੀ ਐਮਬੀਬੀਐਸ ਵੀਐਮਐਸ ਨੂੰ ਨਾਲ ਐਮਬੀਬੀਐਸ ਦਾ ਸਾਲ ਚ ਕਰਾ ਦਾਂਗੇ ਉਹ ਵਿਚਾਰੇ ਸਾਨੂੰ ਤਾਂ ਐਮਬੀਬੀਐਸ ਮੈਨੂੰ ਸੁਪਰ ਸਪੈਸ਼ਲਿਸਟ ਮੰਨ ਕੇ ਅੱਜ ਤੱਕ ਚਰੀ ਜੀ ਉਹ ਨਹੀਂ ਸਮਝ ਨਹੀਂ ਆਈ ਉਹ ਜਿਹਨੇ ਕਦੇ ਪੜਿਆ ਹੀ ਨਹੀਂ ਉਹ ਸੰਸਕ੍ਰਿਤ ਤਾਜਰਵੇਦ ਪੜਦਾ ਰਹੇ ਉਹਨੂੰ ਕਿਵੇਂ ਪਤਾ ਡੁਓਪੈਥੀ ਕੀ ਆ ਸੋ ਸਾਨੂੰ ਜਾਣ ਬੁਝ ਕੇ ਵੀ ਤੁਸੀਂ ਉਹੀ ਚੜਾ ਦਿਓ ਹੁਣ ਮੈਨੂੰ ਕਾਰ ਨਹੀਂ ਚਲਾਉਣੀ ਆਉਂਦੀ ਮੈਨੂੰ ਤੈਰਨਾ ਨਹੀਂ ਆਉਂਦਾ ਮੈਂ ਕਹਾਂ ਜੀ ਮੈਂ ਕਾਰ ਦਾ ਡਰਾਈਵਰ ਬਣ ਜਾਣਾ ਕਿਉਂਕਿ ਮੈਂ ਕਾਰ ਦੇ ਵਿੱਚ ਬੈੰਦਾ ਰਹਿਣਾ ਇਹ ਇਦੋਂ ਵੱਡੀ ਮੂਰਖਤਾ ਕੀ ਹੋਏਗੀ ਸੋ ਸਾਡੇ ਦੇਸ਼ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਬਣਾਇਆ ਇਹਨਾਂ ਨੇ ਮੈਡੀਕਲ ਕਾਉਂਸਲ ਤੋੜ ਕੇ ਉਹਦੇ ਚ ਐਮਬੀਬੀਸ ਦਾ ਸਮੇਂ ਵਿੱਚ ਪਤਾ ਕਿ ਇਹ ਐਮਬੀਬੀਸ ਸਾਡੇ ਹਾਜਰਵੇਦ ਵਾਲੇ ਨਰਸਾਂ ਸਾਰੇ ਇਕੱਠੇ ਪੜਿਆ ਕਰ ਇਹ ਇਹਨਾਂ ਦੀ ਪਾਲਸੀ ਕਹਿੰਦੀ ਐ ਐਜੂਕੇਸ਼ਨ ਪਾਲਸੀ ਫਿਰ ਤੇ ਮੂੰ ਤੁਹਾਡੇ ਲੋਕ ਤਾਂ ਕਲਾਸਾਂ ਨੂੰ ਵੱਖਰੀਆਂ ਕਰਦੇ ਤੁਸੀਂ ਇਕੱਠੇ ਪੜ੍ਹੋ ਜਿੱਥੇ ਇਕੱਠੇ ਕਰਨੇ ਨੇ ਵੀ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਇਕੱਠੇ ਹੋ ਜਾਣਾ ਉੱਥੇ ਕਲਾਸਾਂ ਵੱਖਰੀਆਂ ਕਰਤੀਆਂ ਬਾੜ ਵੱਖਰੇ ਕਰਤੇ ਵੀ ਆ ਮੁਸਲਮਾਨਾਂ ਵਾਸਤੇ ਹਿੰਦੂਆਂ ਵਾਸਤੇ ਸਾਰੇ ਹਾਲ ਜਿੱਥੇ ਇਕੱਠੇ ਕਰਨੇ ਉੱਥੇ ਵੱਖਰੇ ਕਰਦੇ ਨੇ ਸੋ ਲੋਕਡਾਊਨ ਦੇ ਉੱਤੇ ਪਾ ਗਏ ਇਹ ਲੋਕਡਾਊਨ ਗਲਤ ਹੈ ਸਾਰੇ ਅਸ਼ਟਚਾਰਨ ਤਬਾਹ ਕਰੇਗਾ ਲੋਕਡਾਊਨ ਕੋਈ ਹੱਲ ਨਹੀਂ ਹੈ ਕਿਉਂਕਿ ਲੋਕਡਾਊਨ ਲਾਉਣ ਦਾ ਤਾਂ ਹੀ ਫਾਇਦਾ ਜੇ ਘਰ ਘਰ ਸਰਵੇਖਣ ਹੋਏਗਾ ਉਹ ਇਹਨਾਂ ਨੇ ਕਰਨਾ ਨਹੀਂ ਹੈ ਕਿ ਉਹ ਮਰੀਜ਼ ਉਦਾਂ ਜਿੱਥੇ ਮਰਜੀ ਬਲਕਿ ਅੰਦਰ ਰਹਿ ਕੇ ਜਾਦਾ ਪਰਿਵਾਰਾਂ ਦੇ ਪਰਿਵਾਰ ਬਿਮਾਰ ਹੋਣਗੇ ਆ ਸਾਡੇ ਉੱਪਰ ਰਹਿੰਦੇ ਨੇ ਇੰਨੇ ਦੇ ਜਨੇ ਜੀ ਬੋਲ ਮੈਨੂੰ ਹੁਣੇ ਮੇਰੀ ਵਾਸ਼ ਨੇ ਥੋੜੀ ਦੇਰ ਪਹਿਲਾਂ ਦੱਸਿਆ ਕਿ ਉਹ ਤਿੰਨੇ ਬਵਾਰ ਨੇ ਕੋਰੋਨਾ ਦੇ ਨਾਲ ਸੋ ਇਸ ਕਰਕੇ ਲਾਕਡਾਊਨ ਗਲਤ ਹੈ ਲਾਕਡਾਊਨ ਨਹੀਂ ਲਾਉਣਾ ਚਾਹੀਦਾ ਜੇ ਲਾਉਣਾ ਹੈ ਤਾਂ ਨਾਲ ਵੀ ਨਾਲ ਬਾਕੀ ਪ੍ਰਬੰਧ ਕਰਨੇ ਜ਼ਰੂਰੀ ਨੇ ਉਹ ਨਾ ਇਹਨਾਂ ਨੇ ਬਾਕੀ ਕਰਨੇ ਨੇ ਤੇ ਲੋਕ ਜਿਹੜਾ ਰਜਿਸਟਰ ਕਰਦੇ ਨੇ ਉਹ ਫਿਰ ਆਖਰਕਾਰ ਲੋਕ ਬੇਵਾਰੇ ਹੋਣਗੇ ਨਾ ਤਾਂ ਮੈਂ ਹੀ ਕਹਣਾ ਹੁਣ ਪਰ ਜੇ ਤੁਸੀਂ ਜੇ ਇਹੋ ਜਿਹਾ ਕੰਮ ਕਰੋਗੇ ਤੇ ਫਿਰ ਉਹ ਕਿੰਨਾ ਚਿਰ ਬਰਦਾਸ਼ਤ ਕਰਨਗੇ ਤੁਹਾਨੂੰ ਬਥੇਰਾ ਬਰਦਾਸ਼ਤ ਕਰਦੇ ਨੇ ਤੋ ਇਹ ਇਸ ਕਰਕੇ ਲੋਕਾਂ ਨੇ ਦੇਖਿਆ ਤਿੰਨ ਗੱਲਾਂ ਚ ਵੀ ਜਿੱਦੇ ਇਹਨਾਂ ਨੇ ਪੋਲਿਟਿਕਲ ਰੈਲੀਆਂ ਕਰਦੀਆਂ ਨੇ ਉਹਦੇ ਕੋਈ ਲੌਕਡਾਊਨ ਦੀ ਲੋੜ ਨਹੀਂ ਐ ਜਿੱਦੇ ਇਹਨਾਂ ਨੇ ਆਪਣੇ ਧਾਰਮਿਕ ਫੰਕਸ਼ਨ ਕਰਨੇ ਉਹਦੇ ਲੌਕਡਾਊਨ ਦੀ ਕੋਈ ਲੋੜ ਨਹੀਂ ਐ ਜਿੱਦੇ ਪੰਜਾਬ ਦੇ ਮਿਨਿਸਟਰਾਂ ਨੇ ਆਪਣੇ ਕੋਈ ਨਾਮ ਵੰਡਣੇ ਨੇ ਹੋਰ ਨੇ ਉਹਦੇ ਕੋਈ ਲੌਕਡਾਊਨ ਦੀ ਲੋੜ ਨਹੀਂ ਐ ਜਿੱਦੇ ਇਹਨਾਂ ਨੇ ਆਪਣੇ ਵਿਆਹ ਸ਼ਾਦیاں ਕਰਨੇ ਉਹਦੇ ਕੋਈ ਲੌਕਡਾਊਨ ਦੀ ਲੋੜ ਨਹੀਂ ਐ ਜਿੱਦੇ ਇਹਨਾਂ ਨੇ ਪੰਚਾਇਤ ਚੋਣਾਂ ਕਰਾਉਣੀਆਂ ਨੇ ਪੰਚਾਇਤ ਚੋਣਾਂ ਦੱਸੋ ਕਿੰਨੀਆਂ ਕਿ ਜ਼ਰੂਰੀ ਸੀਗੀਆਂ ਦਸ ਦਾ ਸਾਰ ਨਹੀਂ ਹੁੰਦੀਆਂ ਕਈ ਵਾਰ ਯੂਪੀ ਚ ਪੰਚਾਇਤ ਚੋਣਾਂ ਕਰਾਈਆਂ ਕਿਉਂ ਕਰਾਈਆਂ ਬਈ ਇਸੀ ਨੇ ਕਹਿਤਾ ਵੀ ਮੈਂ ਚਾਰ ਫੇਜ਼ ਇਕੱਠੇ ਨਹੀਂ ਕਰਦੇ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚਾਰ ਫੇਜ਼ ਇਕੱਠੇ ਨਹੀਂ ਕਰਦਾ ਤੇ ਚੋਣਾਂ ਦੇ ਵਿੱਚ ਰਿਸਕ ਲੈ ਲੈਂਦਾ ਵੀ ਵਧੀ ਜਾਣ ਕਿ ਇਸ ਤੇ ਮੋਦੀ ਸਾਹਿਬ ਰੈਡੀਆਂ ਕਰੀ ਜਾਣ ਇਕੱਠੇ ਕਿਉਂ ਨਹੀਂ ਕਰੇ ਕਿਉਂਕਿ ਮੋਦੀ ਸਾਹਿਬ ਦੀਆਂ ਰੈਡੀਆਂ ਹੋਣੀਆਂ ਜ਼ਰੂਰੀ ਸੀਗਾ ਉਹ ਗੱਲ ਵੱਖਰੀ ਹੈ ਵੀ ਉਹ ਹਾਰੇ ਨੇ ਸੋ ਇਸ ਕਰਕੇ ਜਦ ਲੋਕ ਸੋਚਣਗੇ ਵੀ ਜਦ ਇਹ ਤਾਂ ਆ ਕੁਛ ਕਰੀ ਜਾਂਦੇ ਨੇ ਯਾਰ ਅਸੀਂ ਕਿਉਂ ਕਰੀਏ ਜੈਸਾ ਆ ਜਾ ਤੈਸੀ ਵਰ ਜਾ ਲੋਕ ਇਹਨਾਂ ਨੂੰ ਦੇਖ ਕੇ ਥੋੜਾ ਵੀ ਇਹਨਾਂ ਦੀ ਗੱਲ ਮੰਨਦੇ ਨੇ ਇਸ ਕਰਕੇ ਲੋਕ ਨਹੀਂ ਮੰਨਦੇ ਜੀ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਝਾਉਣ ਦੇ ਥੈਂਕ ਯੂ ਸੋ ਮੇਰੇ ਨਾਲ ਪੰਜਾਬੀ ਸਤਨ ਟੀਵੀ ਤੇ ਮੌਜੂਦ ਸਨ ਅਗੇ ਵਿਦਵਾਨ ਡਾਕਟਰ ਪਿਆਰ لال ਗਰਗ ਲਾਕਡਾਊਨ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ ਕਰੋਨਾ ਵਾਇਰਸ ਦਾ ਆਖਰਕਾਰ ਹੱਲ ਕਿੱਥੇ ਹੈ ਸਰਕਾਰਾਂ ਇਸ ਨੂੰ ਹਥਿਆਰ ਕਿਵੇਂ ਬਣਾ ਰਹੀਆਂ ਨੇ ਇਸ ਉੱਤੇ ਚਰਚਾ ਕੀਤੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਪੰਜਾਬੀ ਸਤਨ ਟੀਵੀ ਨੂੰ ਸਬਸਕ੍ਰਾਈਬ ਕਰੋ ਜਿਹਾ ਸੱਤ ਦਿਓ ਧੰਨਵਾਦ